ਸਰਦਾਰ ਕੇਵਲ ਸਿੰਘ ਜੀ ਸੰਘਾ ਸਾਹਿਬ ਬਹੁਤ ਵੱਡੇ ਮਾਨ ਭੇਜ ਰਹੇ ਨੇ। ਤੇਜ ਖਖਰਾਣਾ ਜੀ ਉਹ ਕਿਰਪਾ ਕਰਕੇ ਸਾਡੇ ਸਤਿਕਾਰਯੋਗ ਕਾਕਾ ਮੱਲੀ ਜੀ ਨੂੰ ਮਿਲਣ ਜੀ। ਲਾ ਉਧਰਲੇ ਬੰਨੇ ਬਹੁਤ ਹੀ ਤਕੜਾ ਚੱਲਦਾ ਹੋਇਆ ਕਬੱਡੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਤਕੀਏ ਡੀਏਵੀ ਕਬੱਡੀ ਕਲੱਬ ਬਠਿੰਡਾ। ਬੇਨਤੀ ਹੈ ਹਰਜੀਤ ਫਰੈਂਡ ਕਬੱਡੀ ਕਲੱਬ ਪਾਤੋ ਹੀਰਾ ਸਿੰਘ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ ਅਗਲੇ ਮੈਚਾਂ ਲਈ। ਆਪ ਦੇਖਾਂਗੇ ਵੀ ਦੋ ਸੈਮੀਫਾਈਨਲ, ਫਿਰ ਕਬੱਡੀ ਓਪਨ ਦਾ ਫਾਈਨਲ, ਫਿਰ ਬਾਅਦ ਵਿੱਚ ਅਕੈਡਮੀਆਂ ਦਾ ਫਾਈਨਲ ਮੈਚ ਹੋਵੇਗਾ। ਪੁੱਜੇ ਹੋਏ ਦਰਸ਼ਕ ਵੀਰਾਂ ਦਾ ਬਹੁਤ ਵੱਡਾ ਧੰਨਵਾਦ। ਰਸੂਲਪੁਰੀਆ ਪਾਉਂਦਾ ਹੋਇਆ ਕਬੱਡੀ ਖੇਡ ਮੈਦਾਨ ਵਿੱਚ, ਦੇਖਦੇ ਵੀ ਮਸਤਾਂ ਦੀ ਬੜੀ ਮਿਹਰ ਇਸ ਖਿਡਾਰੀ ਤੇ। ਲਾਓ ਦੇਖਦੇ ਵੀ ਦੁਨੀਆ ਵਿੱਚ ਛਾਇਆ ਹੈ ਰਸੂਲਪੁਰੀਆ, ਸਾਹਮਣੇ ਦੇਖਦੇ ਹੈ ਦੁਨੀਆ ਦੀਵਾਨੀ ਇਸ ਗੱਭਰੂ ਦੀ। ਖੇਡ ਮੈਦਾਨਾਂ ਵਿੱਚ ਬੜੇ ਫਿਰਦੇ ਨੇ ਭਾਲੂ, ਬੜੇ ਖੇਡ ਮੈਦਾਨਾਂ ਵਿੱਚ ਫਿਰਦੇ ਹੈ ਕਾਲੂ ਦੇ ਵੀ ਭਾਲੂ। ਲਾਓ ਸਾਹਮਣੇ ਉਧਰਲੇ ਬੰਨੇ ਮਕੰਦਪੁਰੀਆ, ਲੱਤ ਚੱਕੀ ਹੋਈ ਹੈ ਪਰ ਉਧਰਲੇ ਬੰਨੇ ਸਾਧੂ ਸ੍ਰੀ ਨਹੀਂ ਮੰਨ ਪੁਆਇੰਟ ਜਿਹੜਾ ਗੱਭਰੂ ਧਾਵੀ ਦੇ ਹਿੱਸੇ ਦਿੱਤਾ ਹੈ। ਰਸੂਲਪੁਰੀਏ ਕਾਲੂ ਨੂੰ ਇਹ ਪੁਆਇੰਟ ਦੇ ਦਿੱਤਾ। ਧਨਾਲੇ ਦਾ ਜੁਗਤਾਰ ਪੁੱਛਦਾ ਹੈ, ਨਾਲ ਉਧਰਲੇ ਬੰਨੇ ਦੇਖਦੇ ਵੀ ਸੱਚੀ ਬੋਲੀ ਬੋਲਦਾ ਹੋਇਆ ਇਹ ਨੌਜਵਾਨ ਸਾਡੀ ਸਤਿਕਾਰਯੋਗ ਸ਼ਖਸੀਅਤ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਨੇ ਸਰਦਾਰ ਸਾਧੂ ਸਿੰਘ ਵਿਰਾਟ ਸਾਹਿਬ, ਜਨਰਲ ਸੈਕਟਰੀ ਨੇ ਮੱਖਣ ਸਿੰਘ ਜੀ ਚੜਿੱਕ। ਲਾ ਉਧਰਲੇ ਬੰਨੇ ਕਾਰਜਕਾਰੀ ਸਤਿਕਾਰਯੋਗ ਨੇ ਕਹਿੰਦੇ ਵੀ ਸਿੱਧਵਾਂ ਦਾ ਚਿਹਣਾ। ਲਾ ਉਧਰਲੇ ਬੰਨੇ ਲੋਪੋ ਪਿੰਡ ਵਾਲਾ ਖੇਡ ਮੈਦਾਨ ਵਿੱਚ ਦੇਖਦੇ ਹੈ, ਨਹੀਂ ਰੀਸਾਂ ਤਲਵੰਡੀ ਪਿੰਡ ਵਾਲਿਆ ਅੱਜ ਕਹਿੰਦੇ ਵੀ ਮੇਲਾ ਲੁੱਟ ਲਿਆ। ਇਸ ਨੌਜਵਾਨ ਨੇ ਬਹੁਤ ਜਫੇ ਲਾਏ ਹੈ, ਪਹਿਲੇ ਮੈਚ ਵਿੱਚ ਵੀ ਬੱਲੇ ਬੱਲੇ ਕਰਵਾ ਦਿੱਤੀ ਤੇ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਵਿੱਚ। ਕੌਣ ਗੱਭਰੂ ਕਿੰਨੇ ਜਫੇ ਲਾਉਂਦਾ ਹੈ, ਕੌਣ ਗੱਭਰੂ ਕਿੰਨੀਆਂ ਕਬੱਡੀਆਂ ਪਾਉਂਦਾ ਹੈ ਇਹ ਸਹਿਜੀ ਨੇ ਦੱਸਣਾ ਹੈ। ਮੇਰਾ ਵੀਰ ਗੁਰਪ੍ਰੀਤ ਸਹਿਜੀ ਪੁੱਜਿਆ ਹੋਇਆ ਸਾਡੇ ਦਰਮਿਆਨ। ਲਾਓ ਜਿਹੜੀ ਕਬੱਡੀ ਹੈ ਰਸੂਲਪੁਰੀਏ ਦੀ ਤੇ ਦੂਸਰੇ ਬੰਨੇ ਮਕੰਦਪੁਰੀਆ, ਕਹਿੰਦੇ ਵੀ ਲੱਕ ਦਾ ਕਲਾਵਾ ਭਰ ਬਹਿ ਗਿਆ, ਢਾ ਕੇ ਹਿੱਕ ਤੇ ਬਹਿ ਗਿਆ, ਜਫਾ ਟਾਪ ਦਾ ਲਾ ਗਿਆ ਬਈ, ਆਪਣੀ ਟੀਮ ਦੇ ਹਿੱਸੇ ਇੱਕ ਅੰਕ ਵਧਾ ਗਿਆ ਬਈ, ਢਾ ਕੇ ਹਿੱਕ ਤੇ ਬਹਿ ਗਿਆ, ਜਫਾ ਟਾਪ ਦਾ ਲਾ ਗਿਆ ਬਈ। ਲਾਓ ਟਾਪ ਦਾ ਜਫਾ ਲਾਇਆ ਮਕੰਦਪੁਰੀਏ ਨੌਜਵਾਨ ਨੇ ਖੇਡ ਮੈਦਾਨ ਵਿੱਚ। ਲਾ ਉਧਰਲੇ ਬੰਨੇ ਚੰਡੀਗੜ੍ਹ ਮੋਹਾਲੀ ਦਾ ਏਰੀਆ ਇਸ ਨੌਜਵਾਨ ਦਾ। ਪਿਤਾ ਕਹਿੰਦੇ ਵੀ ਗੋਲ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ, ਪਿੰਕਾ ਕਹਿੰਦੇ ਵੀ ਜੜਕ ਵਾਲਾ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਤੇ ਦੂਸਰੇ ਬੰਨੇ ਦੋ ਨੰਬਰ ਤੋਂ ਵੱਧ ਗੱਭਰੂ ਕਹਿੰਦੇ ਵੀ ਬਿੱਲਾ ਗਗੜੇ ਵਾਲਾ ਕੋਸ਼ਿਸ਼ ਕਰਦਾ ਹੋਇਆ। ਮੱਖਣ ਬਰਾੜ ਦੇ ਲਿਖੇ ਹੋਏ ਸ਼ੇਰਾਂ ਦੀ ਜਿਹੜੀ ਕਿਤਾਬ ਪੁੱਜੀ ਹੋਈ ਹੈ ਜਿਹਦਾ ਰੇਟ 100 ਰੁਪਇਆ ਤੇ 101 ਜਿਹੜੇ ਸ਼ੇਰ ਹੈ ਉਸ ਕਿਤਾਬ ਵਿੱਚ ਲਿਖੇ ਹੋਏ ਨੇ। ਲਾ ਧਾਰਮਿਕ ਕੋਟੀਆ ਲੱਖਾ ਆਉਂਦੇ ਸਾਲ ਕਹਿੰਦੇ ਵੀ ਬੁਲਟ ਮਿਲਣਾ ਇਸ ਨੌਜਵਾਨ ਖਿਡਾਰੀ ਨੂੰ। ਖੇਡ ਮੈਦਾਨ ਵਿੱਚ ਪੈਂਦੀ ਹੋਈ ਕਬੱਡੀ ਲੱਖ ਲੱਖ ਦੀ ਕੌਡੀ, ਜਫਾ ਕੱਲੇ ਕੱਲੇ ਦਾ ਕੋਈ ਮੁੱਲ ਨਹੀਂ ਪੈਂਦਾ, ਕਾਰਤੂਸ ਚੱਲੇਦਾ। ਇੱਕ ਬੰਨੇ ਭੈਣੀ ਬਿਡਿੰਗ ਤੇ ਦੂਸਰੇ ਬੰਨੇ ਧਰਮ ਕੋਟੀਆ ਮੋਗਾ, ਸਾਹਮਣੇ ਪਿੜਦੇ ਹੋਏ ਗੱਭਰੂ। ਲਾਓ ਦੇਖਾਂਗੇ ਪਤਾ ਲੱਗਣਾ ਦਰਸ਼ਕ ਵੀਰੋ ਬੜੀ ਜਾਨ ਹੈ ਕਹਿੰਦੇ ਨੋਨੇ ਵਿੱਚ ਤੇ ਦੂਸਰੇ ਬੰਨੇ ਧਰਮ ਕੋਟੀਆ, ਨਾਮ ਹੈ ਲੱਖਾ, ਪਿੰਡ ਹੈ ਧਰਮ ਕੋਟ, ਖਰੇ ਖਰੇ ਧਾਵੀਆਂ ਖਰੇ ਖਰੇ ਜਾਫੀਆਂ ਤੋਂ ਆਉਂਦਾ ਨਹੀਂ ਉਹ ਲੋਟ। ਲਾਓ ਸਾਹਮਣੇ ਕਮਾਲ ਦੀ ਕੌਡੀ ਪਾ ਗਿਆ ਧਰਮ ਕੋਟੀਆ ਤੇ ਦੂਸਰੇ ਬੰਨੇ ਖੰਡੂਰ ਵਾਲਾ ਸੁੱਖਾ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਨੇ ਤਲਵੰਡੀ ਵਾਲ ਨੂੰ ਗੁੱਟ ਫੜਾਇਆ ਭਾਈ, ਲੱਖੇ ਨੂੰ 100 ਰੁਪਇਆ ਜੀ, ਅਕਵਾਲ ਸਿੰਘ ਕੈਨੇਡਾ ਵੱਲੋਂ। ਜੀਵਨ ਕੈਨੇਡਾ, ਲਵਲੀ ਸਰਪੰਚ ਗੋਲਾ ਲੰਬਰਦਾਰ, ਕਿੱਕੀ ਬਰਾੜ, ਲਾਲੀ ਬਰਾੜ, ਕਾਕਾ ਤੇ ਬੱਬੀ ਗੱਜਣ ਵਾਲਾ, ਇਹ ਸਾਰਿਆਂ ਵੱਲੋਂ 500 ਰੁਪਇਆ। ਲਓ ਜੀ ਧਰਮ ਕੋਟੀਏ, ਹਾਫ ਸਮਾਂ ਹੋ ਚੁੱਕਾ ਹੈ, ਬਹੁਤ ਬਹੁਤ ਧੰਨਵਾਦ ਜੀ। ਮਾਲਵਾ ਕਬੱਡੀ ਕਲੱਬ ਮੋਗੇ ਦੇ ਜਿਹੜੇ ਪੁਆਇੰਟ ਨੇ ਉਹਨੇ 16,
ਸੰਤ ਬਾਬਾ ਈਸੂ ਸਿੰਘ ਜੀ ਕਬੱਡੀ ਕਲੱਬ ਰਾੜਾ ਸਾਹਿਬ ਦੇ ਪੁਆਇੰਟ ਜਿਹੜੇ ਨੇ ਉਹ ਨੇ 18.5 ਲਓ ਜੀ 16 ਤੇ 18.5 ਨਾਲ ਚੱਲਦਾ ਹੋਇਆ ਇਹ ਕਬੱਡੀ ਦਾ ਬਹੁਤ ਹੀ ਤਕੜਾ ਮੈਚ ਸਾਡੇ ਗੁਰਜੰਟ ਸਿੰਘ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਬਹੁਤ ਤਕੜਾ ਮੈਚ ਕਬੱਡੀ ਦਾ ਸ਼ੁਰੂ ਹੋ ਰਿਹਾ ਡਰੋ ਭਾਈ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ ਲਓ ਦੇਖਾਂਗੇ ਆਏ ਸਾਲ ਹਰ ਦਰਸ਼ਕ ਵੀਰ ਉਡੀਕ ਕਰਦਾ ਮਾਘੀ ਦੇ ਪਵਿੱਤਰ ਦਿਨ ਦੀ ਆ ਨਾਲ ਸਾਡੇ ਸਰਦਾਰ ਗੁਰਜੰਟ ਸਿੰਘ ਜੀ ਐਸ ਆਈ ਨੇ ਸਤਿਕਾਰਯੋਗ ਪੰਜਾਬ ਪੁਲਿਸ ਮੋਗਾ ਔਰ ਜਿਹਨੇ ਵੀ ਪੰਜਾਬ ਪੁਲਿਸ ਦੇ ਸਤਿਕਾਰਯੋਗ ਹੋਏ ਨੇ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਮੁਕਾਬਲਾ ਟੀਮਾਂ ਜਿਹੜੀਆਂ ਪਾਸੇ ਚੇਂਜ ਹੋ ਚੁੱਕੇ ਨੇ ਰਾੜਾ ਸਾਹਿਬ ਦੀ ਟੀਮ ਲਹਿੰਦੇ ਵਾਲੀ ਸਾਈਡ ਚਲੀ ਗਈ ਹੈ ਚੜ੍ਹਦੇ ਵਾਲੀ ਸਾਈਡ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਹੈ ਮਾਂਗੇ ਵਾਲੀਆਂ ਨੌਜਵਾਨ ਖੇਡ ਮੈਦਾਨ ਵਿੱਚ ਸੋਹਣੀ ਜਿਹੜੀ ਖੇਡ ਦਾ ਪ੍ਰਦਰਸ਼ਨ ਲਾਓ ਦੇਖਾਂਗੇ ਆਦਰਲੇ ਬੰਨੇ ਸਾਧੂ ਸਿੰਘ ਜੀ ਫੈਸਲਾ ਕਰਦੇ ਹੋਏ ਕਹਿੰਦੇ ਵੀ ਕਬੱਡੀ ਦਾ ਸਾਧ ਕਬੱਡੀ ਦਾ ਕੋਚ ਕਹਿੰਦੇ ਵੀ ਸਰਦਾਰ ਸਾਧੂ ਸਿੰਘ ਜੀ ਸਾਧਾਂ ਵਰਗੇ ਸੁਭਾਅ ਦਾ ਲਾਓ ਫੈਸਲਾ ਕਰਦਾ ਹੋਇਆ ਅਗਲੀ ਜਿਹੜੀ ਕਬੱਡੀ ਹੈ ਗਾਗੜੇ ਪਿੰਡ ਦੇ ਗੋਲੂ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਕਹਿੰਦੇ ਵੀ ਜਾਫੀਆਂ ਨੂੰ ਕਹਿ ਰਿਹਾ ਵੀ ਹਿੱਕ ਵਿੱਚ ਵੱਜਣਾ ਭੈਣੀ ਬਿਣਗਾ ਵਾਲਾ ਜਾਂ ਜੀਤਾ ਜੰਡੀ ਦਾ ਦੇ ਜਫੇ ਲਾਉਂਦਾ ਖੇਡ ਮੈਦਾਨ ਵਿੱਚ ਜਿਹੜੇ ਖਿਡਾਰੀ ਵੇਟਿੰਗ ਬਾਕਸ ਵਿੱਚ ਚਲੇ ਜਾਣ ਕਿਰਪਾ ਕਰ ਜਿਹੜੇ ਖਿਡਾਰੀ ਨੇ ਲਾਓ ਸਾਹਮਣੇ ਨਾਜਵਨ ਬੁਕੰਦਪੁਰੀਆ ਵੱਜੀ ਹੋਈ ਪੜਦੇ ਥਾਪੀ ਲੋਪੋ ਪਿੰਡ ਵਾਲਾ ਕਹਿੰਦਾ ਵੀ ਪੁਆਇੰਟ ਜਿਹੜਾ ਰਾੜਾ ਸਾਹਿਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਹੁਤ ਤਕੜਾ ਪੁਆਇੰਟ ਜਿਹੜਾ ਵਾਹ ਵੀ ਨੌਜਵਾਨ ਕੱਲਾ ਕੱਲਾ ਅੰਕ ਕੱਲੀ ਕੱਲੀ ਕਬੱਡੀ ਲੀਕੀ ਜਾ ਰਹੀ ਹੈ ਵੱਜਦੀਆਂ ਹੋਈਆਂ ਪੱਟਾਂ ਦੇ ਥਾਪੀਆਂ ਪਰਬਤ ਵਰਗੇ ਜੁੱਸੇ ਇਹਨਾਂ ਛੇਰ ਜਵਾਨਾਂ ਦੇ ਕਿ ਲੋਕੀ ਕਰਦੇ ਗੱਲਾਂ ਜਿੱਥੇ ਜੁੜ ਕੇ ਬਹਿੰਦੇ ਹੈ ਲਾਈਆਂ ਹੋਈਆਂ ਮਿਹਨਤਾਂ ਦੇ ਮੁੱਲ ਵਿੱਚ ਮੈਦਾਨੀ ਪੈਂਦੇ ਹੈ ਆਹ ਪੱਟੀ ਹੋਈ ਪਲਾਂ ਗੱਭਰੂ ਦੀ ਤੇ ਸੋਹਣਾ ਅੰਕ ਜਿਹੜਾ ਜੋੜ ਦਿੱਤਾ ਆਪਣੀ ਟੀਮ ਦੇ ਹਿੱਸੇ ਰਸੂਲਪੁਰੀਆ ਕਬੱਡੀ ਪਾਉਂਦਾ ਹੋਇਆ ਹਰਵਿੰਦਰ ਕਾਲੂ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਹੈਲੋ ਕਿਰਨ ਪੰਧੇਰ ਸੋਸਣ ਜੇਕਰ ਕਾਲੂ ਨੂੰ ਜਿਹੜਾ ਜਾਫੀ ਜੱਫਾ ਲਾਵੇਗਾ 100 ਰੁਪਈਆ ਮਾਨ ਹੋਵੇਗਾ ਆਸਟ੍ਰੇਲੀਆ ਵਾਲਾ ਕਿਰਨ ਪੰਧੇਰ ਵੱਲੋਂ ਜੇ ਕਾਲੂ ਪੁਆਇੰਟ ਲਾਵੇ ਤਾਂ ਕਾਲੂ ਦਾ ਹੋਵੇਗਾ ਕਿਰਨ ਪੰਧੇਰ ਜੀ ਆਸਟ੍ਰੇਲੀਆ ਸੋਸਣ ਵਾਲੇ ਕਹਿੰਦੇ ਨੇ ਲਾ ਉਧਰਲੇ ਬੰਨੇ ਬੁਕੰਦਪੁਰੀਆ ਕਹਿੰਦਾ ਵੀ ਮੈਨੂੰ ਛੱਡੋ ਮੈਂ ਦੋ ਹੱਥ ਕਰਾਂ ਇਸ ਨੌਜਵਾਨ ਦੇ ਨਾਲ ਲਾ ਸਾਹਮਣੇ ਮੋਹਾਲੀ ਵਾਲਾ ਗੱਭਰੂ ਕਹਾਂਗਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੋਹਣ ਸਿੰਘ ਜੀ ਹਾਂਗਕਾਂਗ ਗਿੰਸਾ ਹਾਂਗਕਾਂਗ ਤੇ ਪੱਪੂ ਤਾਰ ਲੰਗਿਆਣਾ 100 ਰੁਪਈਆ ਕਾਲੂ ਦੇ ਲਈ ਧੰਨਵਾਦ ਜੀ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਗਜਲ ਵਾਲੇ ਦੇ ਦਿਲਬਾਗ ਨੂੰ ਡਰੋਲੀ ਭਾਈ ਦੇ ਗਗਨ ਨੂੰ ਔਰ ਰਾਮਗੜੀਏ ਸੁਣਦੀਪ ਨੂੰ ਚੋਟੀਆਂ ਦੇ ਚਹਿਣੇ ਨੂੰ ਔਰ ਬਹੁਤ ਵੱਡੇ ਮਾਣ ਸਨਮਾਨ ਦਿੱਤੇ ਨੇ ਔਰ ਧਾਨਾ ਵੈਰੋਗੇ ਦੀ ਧਰਤੀ ਦਾ ਬਹੁਤ ਪਿਆਰੀ ਸ਼ਖਸੀਅਤ ਹੈ ਉਧਰਲੇ ਬੰਨੇ ਗੱਲਾਂ ਜੁਗਰਾਜ ਬਰਾੜ ਮਾਲੇ ਦੀਆਂ ਮਾਟਰ ਵੈਲੀ ਕਬੱਡੀ ਕਲੱਬ ਨੂੰ ਰਣ ਕਰਦੇ ਨੇ ਨਾਲ ਮੈਂ ਦੇਖਦਾ ਵੀ ਅਲਬਰਟਾ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਨੇ ਜੁੜੇ ਹੋਏ ਨੇ ਇਸ ਕਬੱਡੀ ਕੱਪ ਦੇ ਨਾਲ ਲਾਓ ਜਿਹੜੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਲੋਪੋ ਵਾਲਿਆ ਕਬੱਡੀ ਪੈ ਗਈ ਨੌਜਵਾਨ ਕਬੱਡੀ ਪੈ ਗਈ ਖੇਡ ਮੈਦਾਨ ਦੇ ਵਿੱਚ ਲਾਓ ਸਾਹਮਣੇ ਮੈਂ ਦੇਖ ਰਿਹਾ ਵੀ ਵੀਰ ਜੀ ਥੋੜਾ ਪਿੱਛੇ ਹਟ ਜਾਓ ਕਿਰਪਾ ਕਰਕੇ ਕਬੱਡੀ ਦਾ ਮੈਚ ਬਹੁਤ ਤਕੜਾ ਹੈ ਇੱਕ ਨਹੀਂ ਤਿੰਨ ਤਿੰਨ ਜਿਹੜੇ ਰੈਫਰੀ ਲੱਗੇ ਹੋਏ ਨੇ ਸਤਿਕਾਰਯੋਗ ਸ਼ਖਸੀਅਤ ਹੈ ਮੱਖਣ ਚੜਿਕ ਦੀ ਔਰ ਜਗਤਾਰ ਧਨੌਲੇ ਦਾ ਜਿਨ੍ਹਾਂ ਦੀ ਟੀਮ ਖੇਡ ਰਹੀ ਹੈ ਦੁਨੀਆ ਦਾ ਪ੍ਰਸਿੱਧ ਜਾਫੀ ਸਨ 1995 ਦਾ ਕਹਿੰਦੇ ਵੀ ਕੈਨੇਡਾ ਦਾ ਬਹੁਤ ਤਕੜਾ ਜਾਫੀ ਲਾਓ ਡਿਕਲੇਅਰ ਕੀਤਾ ਗਿਆ ਤੇ ਦੂਸਰੇ ਬੰਨੇ ਗਗੜੇ ਪਿੰਡ ਦਾ ਬਿੱਲਾ ਦੇਖਦੇ ਜਫਾ ਠੋਕ ਕੇ ਲਾਉਂਦਾ ਏ ਕਿ ਗਗੜੇ ਪਿੰਡ ਦਾ ਬਿੱਲਾ ਜਫਾ ਠੋਕ ਕੇ ਲਾਉਂਦਾ ਏ ਬਹੁਤ ਤਕੜਾ ਜਫਾ ਲੱਗਾ ਖੰਡੂਰ ਦੇ ਸੁਖੇ ਨੂੰ ਉਧਰਲੇ ਬੰਨੇ ਜਿਹੜੀ ਕਬੱਡੀ ਹੈ ਪੰਡੋਰੀ
ਲਾਓ ਸਾਹਮਣੇ, ਕਹਿੰਦੇ ਵੀ ਗੱਭਰੂ ਫਿਰੋਜ਼ਪੁਰ ਦਾ, ਜਿੱਥੋਂ ਦਾ ਤੂਤਾਂ ਵਾਲਾ ਗੁਰਜੀਤ, ਪੂਰਾ ਪੰਜਾਬ ਮਾਣ ਕਰਦਾ ਕਿ ਤੂਤਾਂ ਦਾ ਗੁਰਜੀਤ ਕੁੜੇ, ਜਿਹਦੀ ਕਾਡੀ ਨਾਲ ਪ੍ਰੀਤ ਕੁੜੇ, ਘੋਲੇ ਪਾਣਾ ਵਿੱਚ ਸੰਗੀਤ ਕੁੜੇ। ਲਾਓ ਸਾਹਮਣੇ, ਪਹਿਲਾਂ ਕਬੱਡੀ ਮੇਹਰ ਸਿੰਘ ਵਾਲ ਦੀ ਟੀਮ ਵਿੱਚ ਖੇਡੀ ਇਸ ਨੌਜਵਾਨ ਨੇ ਲੱਖੇ ਦੇ ਨਾਲ, ਹੁਣ ਤਲਵੰਡੀ ਭਾਈ ਦੀ ਸ਼ਰਨ ਲੈ ਲਈ ਹੈ ਤੇ ਨਾਲ ਕਹਿੰਦੇ ਵੀ ਬਿੱਟੂ ਭਾਗਪੁਰੀਆ ਮਾਨ ਕਰਦਾ, ਕਰਮਪਾਲ ਲੰਡੇ ਕੇ ਸਿੱਧੂ ਮਾਨ ਕਰਦਾ ਕਿ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ, ਦਿੰਦਾ ਏ ਬੁਲਟ ਕਦੇ ਦਿੰਦਾ ਗੱਡੀਆਂ, ਕਿ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਏ ਵੱਡੀਆਂ। ਲਾਓ ਸਾਹਮਣੇ ਦੇਖਦੇ ਵੀ ਬਹੁਤ ਤਕੜੇ ਬਿਜ਼ਨਸਮੈਨ ਨੇ ਕਰਮਪਾਲ ਸਿੱਧੂ ਲੰਡੇ ਕੇ ਪਿੰਡ ਵਾਲੇ, ਜਿਨ੍ਹਾਂ ਦੀ ਸਪਾਂਸਰ ਕੀਤੀ ਹੋਈ ਟੀਮ ਹੈ ਬਿੱਟੂ ਭਾਗਪੁਰੀਆ, ਪੜਾਣੇ ਦਾ ਕੁਲਵੰਤ ਤੇ ਫਤਿਹਗੜੀਆ ਕਾਕਾ, ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ। ਤਰਲੋਚਨ ਸਿੰਘ ਜੀ ਭਾਈ ਪੱਤੀ ਵਾਲੇ ਡਰੋਲੀ ਭਾਈ ਵਾਲੇ ਮਮਨੇ ਦੇ ਲਈ 100 ਰੁਪਏ ਦਾ ਮਾਨ ਭੇਜ ਗਏ ਨੇ, ਬਹੁਤ ਬਹੁਤ ਧੰਨਵਾਦ ਜੀ। ਉਧਰਲੇ ਬੰਨੇ ਭੈਣੀ ਬੜਿੰਗਾ ਵਾਲੇ ਨੂੰ ਹੱਥ ਲਾਇਆ, ਕਹਿੰਦੇ ਵੀ ਉੱਡਨੇ ਸੱਪ ਵਰਗਾ ਗੱਭਰੂ ਪੱਟ ਤੂੜਾ ਪਿੱਛੇ ਪਰਦਾ ਹੋਇਆ, ਅਵਤਾਰ ਬਰਾੜ ਲੰਘਿਆਣਾ ਖੇਡ ਮੈਦਾਨ ਵਿੱਚ ਪੁੱਜੇ ਹੋਏ ਨੇ, ਬਹੁਤ ਸਤਿਕਾਰਯੋਗ ਵੀਰ ਨੇ। ਚੱਲ ਵੀ ਨੌਜਵਾਨ ਹੈਪੀ ਤੇ ਪ੍ਰਦੀਪ ਲਈ ਦੁਆਵਾਂ ਸਾਡੀਆਂ, ਅਵਤਾਰ ਬਰਾੜ ਜੀ ਨੇ ਬਾਹਾਂ ਸਾਡੀਆਂ। ਔਰ ਸਾਹਮਣੇ ਦੇਖਦੇ ਆ, ਬੜੇ ਮੈਚ ਵੇਖੇ ਨਿੱਟ ਉੱਤੇ ਹਾਂਗਕਾਂਗ ਦੇ ਸਿਤਾਰੇ ਨੇ, ਤਾਂ ਜੋ ਸਾਨੂੰ ਪਰਦੇਸੀ ਯਾਰੋ ਜਾਣ ਤੋਂ ਪਿਆਰੇ ਨੇ, ਤਾਂ ਜੋ ਸਾਨੂੰ ਪਰਦੇਸੀ ਜਾਣ ਤੋਂ ਪਿਆਰੇ ਨੇ। ਤਲਵੰਡੀ ਵਾਲੇ ਲਾਲੇ ਦਾ ਪੁੱਤ ਮੇਰੇ ਵੀਰੋ ਯਾਰ, ਕਹਿੰਦੇ ਵੀ ਇਤਿਹਾਸਕ ਜੱਫਾ ਜਿਹੜਾ ਮਾਛੀ ਮੁਗਰੇ ਦੇ ਕਬੱਡੀ ਕੱਪ ਤੇ ਸ਼ਾਮਸ਼ਪੁਰੀ ਪ੍ਰੀਤਮ ਨੂੰ 25,000 ਦਾ ਲਾਇਆ, ਇਹਦੇ ਪਿਤਾ ਨੇ ਕਬੱਡੀ ਇਤਿਹਾਸ ਵਿੱਚ ਬਹੁਤ ਵੱਡਾ ਨਾਂ ਹੈ ਤਲਵੰਡੀ ਦੇ ਲਾਲੇ ਦਾ। ਲਾਓ ਸਾਹਮਣੇ, ਨਵਦੀਪ ਡੀਸੀ ਦਾ ਪਿੰਡ ਹੈ, ਬਿੱਲੇ ਦਾ ਪਿੰਡ ਹੈ, ਬੰਨੇ ਮਾਨ ਨੇ ਧਾਨਾ ਸ਼ਹੀਦ ਵਾਲਾ ਮੋੜ ਸੂਈ ਦੀ ਪੁੱਜਿਆ ਹੋਇਆ ਹੈ, ਕਬੱਡੀ ਦਾ ਬਹੁਤ ਤਕੜਾ ਦੀਵਾਨਾ ਹੈ, ਬਹੁਤ ਤਕੜੇ ਮੈਚ ਜਿਹੜੇ ਧਾਨਾ ਸ਼ਹੀਦ ਦੀ ਧਰਤੀ ਤੇ। ਉਧਰਲੇ ਬੰਨੇ ਮਕੰਦਪੁਰੀ ਭਾਰ ਬਗਲ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਨੌਜਵਾਨ ਢਾਵੀ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਨੌਜਵਾਨ ਪਾ ਕਬੱਡੀ ਖੇਡ ਮੈਦਾਨ ਵਿੱਚ, ਮਾੜੇ ਜ਼ੋਰ ਵਾਲੇ ਨੂੰ ਤਕੜੇ ਜਾਫੀ ਢਾ ਹੀ ਜਾਂਦੇ ਨੇ। ਲਾਓ ਸਾਹਮਣੇ, ਪਿੰਕੇ ਨੌਜਵਾਨ ਦੀ ਪਾਈ ਹੋਈ ਕਬੱਡੀ, ਪਿਤਾ ਨੇ ਵੀ ਕਬੱਡੀ ਖੇਡੀ ਹੈ, ਅੱਜ ਉਹਨਾਂ ਦੇ ਪਾਏ ਪੂਰਨੇ ਤੇ ਚੱਲਦੇ ਹੋਏ ਸਪੁੱਤਰ। ਬਾਹ ਵੀ ਨੌਜਵਾਨ, ਇੱਕ ਬੰਨੇ ਤਲਵੰਡੀ ਵਾਲਾ ਭੰਬਾਲੀ ਕਿਹੜਾ ਦਿੱਤਾ ਨੌਜਵਾਨ ਨੇ, ਕੱਦ ਭਾਵੇਂ ਛੋਟਾ ਪਰ ਕੰਮ ਬਹੁਤ ਤਕੜੇ ਹੈ ਕਿ ਮਾੜੇ ਜ਼ੋਰ ਵਾਲੇ ਨੂੰ। ਸਾਡੇ ਕਾਕਾ ਮਲੀ ਜੀ ਤੇ ਨਾਲ ਸਾਡਾ ਵੀਰ ਤੇਜ ਖੁਗਰਾਣਾ ਜੀ, ਤਲਵੰਡੀ ਵਾਲੇ ਲਾਲੇ ਦੇ ਸਪੁੱਤਰ ਲਈ 200 ਰੁਪਏ ਦੇ ਬਹੁਤ ਵੱਡੇ ਮਾਣ ਸਨਮਾਨ ਭੇਜ ਰਹੇ ਨੇ। ਸੁੱਖਾ ਕੜਿਆਲ ਵੀ ਜੋ ਜਿਸਨੇ ਕਮੈਂਟਰੀ ਇਸ ਮੈਚ ਤੋਂ ਮਗਰੋਂ ਕਰਨੀ ਹੈ, ਉਹ ਕਿਰਪਾ ਕਰਕੇ, ਹਾਂ ਆ ਗਿਆ ਵੀ ਸੁੱਖੇ, ਆ ਜਾ ਤੇਰੇ ਕੋਲ, ਸ਼ਾਬਾਸ਼। ਭਰਪੂਰ ਸਿੰਘ ਜੀ, ਦੋ ਲਫਾਫੇ ਭੇਜੋ ਜੀ, ਅਗਲੇ ਚਾਰ ਪਹਿਲਾਂ ਅਸੀਂ ਦੋ ਲਫਾਫੇ ਹੋਰ ਭੇਜ ਦਿਓ ਮੇਰੇ ਕੋਲ। ਹਾਂਜੀ ਭੇਜਦਾ ਜੀ। ਸਾਡੇ ਬਹੁਤ ਸਤਿਕਾਰਯੋਗ ਨੇ, ਅਗਲਾ ਮੈਚ ਵੀ ਬਹੁਤ ਤਕੜਾ ਹੋਣਾ ਹੈ। ਸੁਖੇ ਕੜਿਆਲ ਨੇ ਅਗਲੇ ਮੈਚ ਦੀ ਜਿਹੜੀ ਗੱਲ ਕਰਨੀ ਹੈ ਉਹ ਵੀ ਪੁੱਜਿਆ ਹੋਇਆ ਮੇਰਾ ਵੀਰ, ਦਰਸ਼ਕ ਵੀਰ ਮੈਂ ਦੇਖਦੇ ਵੀ ਬਹੁਤ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਨੇ ਸਾਰੇ, ਪਰਮਾਤਮਾ ਕਰੇ ਜਿੰਨੇ ਵੀ ਦਰਸ਼ਕ ਵੀਰ ਖਿਡਾਰੀ ਵੀਰ ਪੁੱਜੇ ਹੋਏ ਨੇ, ਹੱਸਦੇ ਖੇਡਦੇ ਜਾਣ। ਔਰ ਅਗਲੀ ਕਬੱਡੀ ਪੜੋਰੀ ਵਾਲੇ ਨੌਜਵਾਨ ਨੇ ਗੱਭਰੂ ਨੇ ਪਾ ਦਿੱਤੀ ਹੈ, ਲੈ ਵੀ ਗਲੋਟੀ ਵਾਲਿਆ ਨੌਜਵਾਨ ਤਕੜਾ ਹੋ। ਉਧਰਲੇ ਬੰਨੇ ਭੈਣੀ ਬੜਿੰਗਾ ਵਾਲਾ ਗੋਰਾ ਰੰਗ ਨਾ ਵੀ ਪੱਗ ਮੇਰਾ ਦਿਲ ਲੈ ਗਿਆ ਠੱਗ, ਮੁੱਖ ਇਹਦਾ ਸੱਜਰੀ ਸਵੇਰ ਲੱਗਦਾ ਹੈ ਤੇ ਭੈਣੀ ਬਣੇ ਦਾ ਨੋਨਾ ਕਹਿੰਦੇ ਵੀ ਟਾਪ ਦਾ ਪਲੇਅਰ ਲੱਗਦਾ ਪਰ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਹਿੱਸੇ ਜੁੜਿਆ। ਲਾਓ ਕੋਈ ਸ਼ੇਰ ਬਣਾਉਂਦਾ, ਕਹਿੰਦੇ ਵੀ ਕੋਈ ਡਾਲੇ ਦੇ ਉੱਪਰ ਬਾਜ ਬਣਾ ਲੈਂਦਾ, ਕੋਈ ਟੈਂਟੂ ਖਣਵਾ ਲੈਂਦਾ, ਚੜ੍ਹਦਾ ਸੂਰਜ ਬਣਾਇਆ ਹੋਇਆ ਡਾਲੇ ਉੱਪਰ, ਵਿਚਕਾਰ ਜਿਹੜਾ ਖੰਡਾ ਬਣਾਇਆ ਹੋਇਆ ਇਸ ਨੌਜਵਾਨ
ਖਿਡਾਰੀ ਦਾ ਚੱਲ ਵੀ ਨਾ ਜਾਂਦਾ ਖੇਡ ਮੈਦਾਨ ਵਿੱਚ। ਦੇਖਦੇ ਵੀ ਖਡੂਰ ਦੇ ਸੁੱਖੇ ਦੀ ਪਾਈ ਹੋਈ ਕਬੱਡੀ ਲਾਓ, ਦੇਖਦੇ ਵੀ ਚਾਹਾਂ ਜਾਫੀਆਂ ਵਿੱਚੋਂ ਕੌਣ ਚੀਣਦੀ ਕੰਧ ਬਣਦਾ ਗਾਲਬ ਪਿੰਡ ਦੀ ਧਰਤੀ ਦਾ। ਕੌਰਾ ਕਹਿੰਦੇ ਵੀ ਕੋਸ਼ਿਸ਼ ਕਰਦਾ ਹੋਇਆ ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ ਇਸ ਨੌਜਵਾਨ ਖਿਡਾਰੀ ਦਾ। ਗੱਡੀਆਂ ਵਾਲੀਆਂ ਨੇ ਗੱਡੀਆਂ ਰੋਕ ਲਈਆਂ, ਗੱਡਿਆਂ ਨੇ ਗੱਡੇ ਕੇ ਜਦ ਮੈਂ ਗਈ ਕੁੜੀਓ, ਜਗਰਾਵਾਂ ਦੇ ਅੱਡੇ ਕੇ ਜਦ ਮੈਂ ਗਈ ਕੁੜੀਓ, ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ। ਦੂਸਰੇ ਬੰਨੇ ਫਿਰੋਜ਼ਪੁਰੀਆ ਕਹਿੰਦੇ ਵੀ ਮੋਹਨ ਸਿੰਘ ਦਾ ਪੇਂਡੂ ਕਬੱਡੀ ਪਾਉਂਦਾ ਹੋਇਆ ਮੁਕੰਦਪੁਰੀਏ ਨੂੰ ਹੱਥ ਲਾ ਬੈਠਾ। ਹੁਣ ਦੇਖਦੇ ਵੀ ਭੱਜ ਜਾਂਦਿਆਂ ਵਿੱਚ ਧੂੜਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ। ਯਾਰੋ ਫੜਨੇ ਸੌਖੇ ਨਹੀਂ ਧਾਵੀ ਦੁੱਲਾ ਤੇ ਕੁਲਜੀਤਾ, ਯਾਰੋ ਫੜਨੇ ਸੌਖੇ ਨਹੀਂ। ਖੇਡ ਮੈਦਾਨ ਵਿੱਚ ਲਾ ਮੈਂ ਦੇਖ ਰਿਹਾ ਵੀ ਦੂਸਰੀ ਵਾਟਰ ਬ੍ਰੇਕ ਹੋ ਚੁੱਕੀ ਹੈ ਤੇ ਦੂਸਰਾ ਸੈਮੀਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਹੈ ਉਹ ਡੀਏਵੀ ਕਬੱਡੀ ਕਲੱਬ ਬਠਿੰਡਾ ਤੇ ਹਰਜੀਤ ਫਰੈਂਡ ਕਬੱਡੀ ਕਲੱਬ ਪਤੋ ਹੀਰਾ ਸਿੰਘ ਦੀਆਂ ਟੀਮਾਂ ਦੇ ਦਰਮਿਆਨ ਹੋਵੇਗਾ। ਬਹੁਤ ਤਕੜਾ ਕਬੱਡੀ ਦਾ ਮੈਚ। ਸਰਦਾਰ ਮੋਹਨ ਸਿੰਘ ਜੀ ਪ੍ਰਧਾਨ ਨੇ ਤੰਤ ਬਾਬਾ ਧੰਨਾ ਸਿੰਘ ਜੀ ਕਬੱਡੀ ਕਲੱਬ ਦੇ ਔਰ 100 ਰੁਪਈਆ ਆਪਣੇ ਪੇਂਡੂ ਲਈ ਭੇਜਦੇ ਨੇ। ਪਾਣੀ ਪਾਣੀ ਦਾ ਕਰ ਦਿੱਤਾ ਜਾਵੇ ਆਪਣੇ ਗਰਾਈ ਕੋਲੋਂ ਹਾਲ ਪੁੱਛਿਆ ਪਿੰਡ ਦਾ, ਮਰ ਜਾਣੇ ਮਾਨਾ ਉਹ ਪੰਜਾਬ ਜਾਂਦਾ ਖਿੰਡਦਾ ਕਿ ਮਰ ਜਾਣੇ ਮਾਨਾ ਉਹ ਪੰਜਾਬ ਜਾਂਦਾ ਖਿੰਡਦਾ। ਪਾਣੀ ਪਾਣੀ ਦਾ ਕਰ ਦਿੱਤਾ ਜਾਵੇ ਗਰਾਊਂਡ ਦੇ ਵਿੱਚ। ਬਾਬਾ ਜੀ ਉਧਰਲੇ ਬੰਨੇ, ਬਾਬਾ ਜੀ ਗਰਾਊਂਡ ਵਿੱਚ ਪਾਣੀ ਪਹੁੰਚਦਾ ਕਰ ਦਿਓ। ਲਓ ਜੀ ਚੰਦ ਪ੍ਰਾਣੀ ਦੀ ਧਰਤੀ ਤੇ 11 ਤੇ 12 ਤਰੀਕ ਨੂੰ ਜਿਹੜਾ ਕਬੱਡੀ ਦਾ ਬਹੁਤ ਤਕੜਾ ਕੱਪ ਹੋਵੇਗਾ। ਸੱਚਖੰਡ ਵਾਸੀ ਸੰਤ ਬਾਬਾ ਨਿਛੱਤਰ ਸਿੰਘ ਜੀ ਕਬੱਡੀ ਦੇ ਰਹਿਨਮਾ ਇਸ ਏਰੀਏ ਵਿੱਚ ਬਹੁਤ ਵੱਡਾ ਆਦਰ ਤੇ ਸਤਿਕਾਰ ਖਿਡਾਰੀਆਂ ਦਾ ਹੁੰਦਾ ਹੈ। ਚੰਦ ਪ੍ਰਾਣੀ ਦੀ ਧਰਤੀ ਤੇ ਰੌਣਕਾਂ ਲੱਗਣਗੀਆਂ, ਸਰਪੰਚਾਂ ਦੀਆਂ ਦੌੜਾਂ ਹੋਣਗੀਆਂ ਤੇ ਕਬੱਡੀ ਦੇ ਬਹੁਤ ਤਕੜੇ ਮੈਚ ਹੋਣਗੇ। ਲਾਓ ਇਸੇ ਤਰ੍ਹਾਂ ਹੀ ਗੱਲਾਂ ਕਹਿੰਦੇ ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਦੱਸਦੇ ਵੀ ਖਾਲਸਾ ਸਟੇਡੀਅਮ ਵਿੱਚ ਲੱਗਣਗੀਆਂ ਰੌਣਕਾਂ। ਸਾਡਾ ਪੱਪੂ ਹਾਂਗਕਾਂਗ, ਸਾਡਾ ਸੋਹਣ ਹਾਂਗਕਾਂਗ ਦੇ ਅਵਤਾਰ ਬਰਾੜ ਜੀ ਲੰਘਿਆਣਾ ਤੇ ਨਾਲ ਮੇਰਾ ਵੀਰ ਗੋਰਾ ਜੀ, ਸਾਡੀ ਸਤਿਕਾਰਯੋਗ ਸ਼ਖਸੀਅਤ ਬਹੁਤ ਵੱਡੇ ਰਾਜਾ ਜੀ, ਬਹੁਤ ਵੱਡੇ ਮਾਣ ਭੇਜ ਰਹੇ ਨੇ। ਆਪਾਂ ਬਹੁਤ ਵੱਡਾ ਧੰਨਵਾਦ ਕਰੀਏ ਸਾਡੇ ਸਤਿਕਾਰਯੋਗ ਵੀਰਾਂ ਦਾ। ਔਰ ਕੁੱਕੀ ਕੈਨੇਡਾ ਜੀ ਬਹੁਤ ਵੱਡੇ ਉਹ ਵੀ ਮਾਣ ਭੇਜ ਰਹੇ ਨੇ ਬੋਲਾਂ ਤੋਂ ਖੁਸ਼ ਹੋ ਕੇ। ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰੀਏ ਔਰ ਜਿਹਨੇ ਵੀ ਪ੍ਰਵਾਸੀ ਵੀਰ ਨਿੱਟ ਦੇ ਜਰੀਏ ਕਬੱਡੀ ਦੇ ਆਨੰਦ ਲੈ ਰਹੇ ਨੇ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਰਿੰਪਾ ਹਰਾਜ, ਗੀਤਾ ਗੱਜਣ ਵਾਲਾ ਤੇ ਸਾਡਾ ਕਰਨ ਮਈਆਂ ਵਾਲਾ ਵੀਰ ਜੁੜੇ ਹੋਏ ਨੇ। ਲਾਓ ਦੂਸਰੇ ਬੰਨੇ ਕਹਿੰਦੇ ਵੀ ਕਬੱਡੀ ਗਗੜੇ ਵਾਲੇ ਨੇ ਪਾ ਦਿੱਤੀ ਹੈ, ਇੱਕ ਬੰਨੇ ਰਸੂਲਪੁਰ ਜੰਡੀ ਤੇ ਦੂਸਰੇ ਬੰਨੇ ਕੌਣ ਹੈ ਮੈਨੂੰ ਗਲੋਟੀ ਵਾਲਾ ਗੱਭਰੂ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਜਿਵੇਂ ਕਹਿੰਦੇ ਵੀ ਕੁੜੀਆਂ ਦੀ ਮਸ਼ਹੂਰ ਬੋਲੀ ਹੈ। ਹੁਣ ਬਣੀਆਂ ਇੱਕ ਸਾਰ ਜੋੜੀਆਂ, ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ। ਕਹਿ ਲਈਏ ਵੀ ਦੋਹਾਂ ਦੇ ਕੱਦ ਇੱਕੋ ਚੁੱਕੇ ਹੈ, ਦੋਹਾਂ ਦੇ ਸਰੀਰ ਇੰਨ ਬਿੰਨ ਨੇ। ਲਾਓ ਜਿਹੜੀ ਕਬੱਡੀ ਹੈ ਸਾਹਮਣੇ ਪਿੰਕੇ ਦੀ ਪੈਂਦੀ ਹੋਈ, ₹500 ਦੀ ਰਾਸ਼ੀ ਸਾਡੇ ਸਪੋਰਟਸ ਕਲੱਬ ਨੂੰ ਸਰਦਾਰ ਤਾਰਾ ਸਿੰਘ ਜੀ ਮਹਿਰੋਂ ਵਾਲੇ ਜੋ ਬਲਵਿੰਦਰ ਸਿੰਘ ਦੇ ਬਰਾੜ ਦੇ ਰਿਸ਼ਤੇਦਾਰ ਨੇ, ਸਾਨੂੰ ਰਾਸ਼ੀ ਪਹੁੰਚੀ ਹੈ। ਮੈਂ ਉਹਨਾਂ ਨੂੰ ਇੱਥੇ ਪਹੁੰਚਣ 'ਤੇ ਹਾਰਦਿਕ ਉਹਨਾਂ ਦਾ ਧੰਨਵਾਦ ਕਰਦਾ। ਤਾਰਾ ਸਿੰਘ ਵੀ ਮੇਰੇ ਸਟੂਡੈਂਟ ਰਹੇ ਆ ਜੋ ਰਾਮੂ ਵਾਲੇ ਮੈਂ ਉੱਥੇ ਪੜਾਉਂਦਾ ਸੀ। ਫਿਰ ਇੱਕ ਵਾਰੀ ਉਹ ਸਮੁੱਚੇ ਪਰਿਵਾਰ ਦਾ ਸਾਡੇ ਸਪੋਰਟਸ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਦੀਪ ਸਿੰਘ ਬੂਈਆਂ ਵਾਲੇ, ਇਕਬਾਲ ਸਿੰਘ ਮੁਸਾਫਰ ਕੈਨੇਡਾ, ਤੇਜਾ ਮੱਲੀ
ਗਗਨਾ ਤੇ ਰਮਣਾ ਜਿੰਨੇ ਵੀ ਜੱਫੇ ਲਾਉਣਗੇ ਹਰ ਪੈਂਟ ਤੇ 100-100 ਰੁਪਇਆ ਹੋਊਗਾ ਜੀ ਉਹਨਾਂ ਵੱਲੋਂ। 500 ਰੁਪਇਆ ਜੀ ਸੁਖਦੇਵ ਸਿੰਘ ਮਹਿਰੋ ਵਾਲੇ ਉਹ ਵੀ ਸਪੋਰਟਸ ਕਲੱਬ ਨੂੰ ਭੇਜਦੇ ਆ। ਇਹ ਵੀ ਸਰਦਾਰ ਬਲਵਿੰਦਰ ਸਿੰਘ ਬਰਾੜ ਦੇ ਰਿਸ਼ਤੇਦਾਰ ਨੇ। ਮੈਂ ਇਹਨਾਂ ਵੀ ਸਪੋਰਟਸ ਕਲੱਬ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ। ਬਹੁਤ ਬਹੁਤ ਮੈਂ ਰਿਣੀ ਉਹਨਾਂ ਦਾ ਧੰਨਵਾਦ ਜੀ ਦੋਨਾਂ ਸਾਥੀਆਂ ਦਾ, ਤਾਰਾ ਸਿੰਘ ਅਤੇ ਸੁਖਦੇਵ ਸਿੰਘ ਜੀ ਹੋਰਾਂ ਦਾ। ਪੁਰਾਣੇ ਜੰਦਾ ਤੋਂ ਕੰਤਾ ਪੁੱਜਿਆ ਹੋਇਆ ਆਪਣੇ ਵੀਰਾਂ ਨਾਲ ਸੰਪਰਕ ਕਰ ਲਵੇ। ਲਾ ਉਸ ਸਾਹਮਣੇ ਖੰਡੂਰ ਵਾਲਾ ਸੁਖਾ ਤੇ ਦੂਸਰੇ ਬੰਨੇ ਤਲਵੰਡੀ ਵਾਲੇ ਦਾ ਸਪੁੱਤਰ ਕੋਸ਼ਿਸ਼ ਕਰਦਾ ਹੋਇਆ ਕਿ ਪਿਤਾ ਪਰ ਪੂਤ ਨਸਲ ਪਰ ਘੋੜਾ ਕੇ ਵਾਧਾ ਨਹੀਂ ਤਾਂ ਥੋੜਾ ਥੋੜਾ। ਕਹਿੰਦੇ ਵੀ ਸਤਿਕਾਰਯੋਗ ਸ਼ਿਕਸ਼ਿਤ ਸਰਦਾਰ ਕਮਿਕਰ ਸਿੰਘ ਜੀ ਆਗਣ ਵੀ ਪੁੱਜੇ ਹੋਏ ਨੇ। ਨਾਲ ਕਹਿੰਦੇ ਵੀ ਬਾਰੇ ਵਾਲੀਆਂ ਟੋਨਾ ਪੁੱਜਿਆ ਹੋਇਆ। ਕਹਿੰਦੇ ਵੀ ਲੀਲਾ ਮੇਘ ਸਿੰਘ ਵਾਲੀ ਦੀ ਧਰਤੀ ਦਾ ਮੋਹਣਾ ਪੁੱਜਿਆ ਹੋਇਆ। ਲਾ ਉਸ ਸਾਹਮਣੇ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਕਿ ਤਕੜਾ ਨਹੀਂ ਸਿੱਧਾ ਕੋਈ ਜੰਮ ਸਕਦਾ। ਰਾਤੋ ਰਾਹ ਜਿਹੜਾ ਬੰਨ ਨੂੰ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਤੇ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ। ਲਾ ਉਸ ਸਾਹਮਣੇ ਗੱਭਰੂ ਕਹਿੰਦੇ ਵੀ ਉੱਡੀ ਹੋਈ ਧੂੜ ਕੇ ਫੁੱਲ ਗੁਲਾਬੀ ਮਹਿਕਾਂ ਮੰਡੇ ਤੇ ਦਿਆਰ ਨੇ ਫੋਟੋ ਖਿੱਚੀ ਨੀ ਭਾਬੀ ਲਿਬੜੀ ਫਿਰੇ ਅੱਜ ਲਾਉਂਦੀ ਕੋਠੇ ਨੂੰ ਮਿੱਟੀ। ਆ ਗੱਭਰੂ ਇੰਜ ਲਿਬੜ ਗਿਆ ਤੇ ਕਲੀ ਪਾ ਦਿੱਤੀ ਜਾਵੇ ਲੈਣਾ ਦੇ ਉੱਪਰ। ਲਾ ਉਸ ਸਾਹਮਣੇ ਨੌਜਵਾਨ ਫਿਰ ਕਬੱਡੀ ਪਾਉਂਦਾ ਹੋਇਆ ਬਿੱਲਾ ਗਗੜੇ ਦੀ ਧਰਤੀ। ਇਸ ਧਾਵੀ ਦੇ ਲਈ ਬਿੱਲੂ ਔਲਖ ਜੀ ਮਹਿਰੋਂ ਵਾਲੇ 100 ਰੁਪਏ ਦਾ ਮਾਨ ਭੇਜ ਗਏ ਨੇ। ਜਿਹੜਾ ਖਿਡਾਰੀ ਇੱਧਰ ਕਬੱਡੀ ਪਾ ਕੇ ਗਿਆ ਪੁਆਇੰਟ ਲੈ ਗਿਆ ਅੱਜ ਬਿੱਲੂ ਔਲਖ ਜੀ ਮਹਿਰੋਂ ਧੰਨਵਾਦ। ਅਵਤਾਰ ਬਰਾੜ ਜੀ ਲੰਗੇਆਣਾ ਬਹੁਤ ਪਿਆਰੀ ਸ਼ਖਸੀਅਤ ਹੈ ਕਬੱਡੀ ਨਾਲ ਜੁੜੀ। ਭਾਵੇਂ ਕਹਿੰਦੇ ਵੀ ਹਾਂਗਕਾਂਗ ਵਿੱਚ ਵੱਸਦਾ ਸਾਰੇ ਜਿਹੜੇ ਮੈਚਾਂ ਦਾ ਲਾਈਵ ਤੱਕਦਾ ਹੈ। ਪੰਜਾਬ ਦੇ ਕਾਫੀ ਬੁਲਾਰਿਆਂ ਨੂੰ ਜਿਹੜੇ ਮੋਬਾਈਲ ਫੋਨ ਦੇ ਕੇ ਮਾਣ ਬਖਸ਼ੇ ਨੇ। ਲਾ ਸਾਹਮਣੇ ਜਦੋਂ ਫੋਨ ਆਉਂਦਾ ਤੇ ਨਾਲ ਹੀ ਜਿਹੜੀ ਯਾਦ ਇਸ ਨੌਜਵਾਨ ਦੀ ਆਉਂਦੀ ਹੈ ਭਾਵੇਂ ਪੰਜਾਬ ਤੇ ਭਾਵੇਂ ਹਾਂਗਕਾਂਗ ਦੀ ਧਰਤੀ ਜਿਹਨੇ ਵੀ ਸਤਿਕਾਰਯੋਗ ਵੀਰ ਪੁੱਜੇ ਹੋਏ ਨੇ। ਲਾ ਕਿਹੜੇ ਕਰੂਣਾ ਬਈ ਸਰਦਾਰ ਦੀਪ ਸਿੰਘ ਬੁਈਆਂ ਵਾਲੇ ਦਾ ਕਵਾਲ ਮੁਸਾਫਰ ਕੈਨੇਡਾ ਤੇਜਾ ਮੰਦੀ ਪ੍ਰੇਮ ਕਪੂਰੇ ਨਾਲ ਜੱਫੇ ਲਾਊਗਾ। ਹਰ ਜੱਫੇ ਦੇ 500 ਰੁਪਇਆ ਹੋਗਾ ਜੀ ਉਹਨਾਂ ਵੱਲੋਂ ਪ੍ਰੇਮ ਕਪੂਰੇ ਵਾਲੇ ਨੂੰ। ਸਾਹਮਣੇ ਕਪੂਰਿਆਂ ਵਾਲੇ ਪ੍ਰੇਮ ਲਈ ਬਹੁਤ ਮਾਨ ਨੇ ਪਰ ਨੌਜਵਾਨ ਜਾਨ ਲੱਗੀ ਹੋਈ ਇਸ ਮੈਚ ਦੇ ਵਿੱਚ ਖੇਡ ਮੈਦਾਨ ਦੀਆਂ ਜਿਹੜੀਆਂ ਗੱਲਾਂ ਹੈ। ਲਾ ਉਸ ਸਾਹਮਣੇ ਕਹਿੰਦੇ ਵੀ ਤਲੀ ਦੇ ਉੱਪਰ ਜਾਨ ਰੱਖੀ ਹੈ ਗਾਗੜੇ ਪਿੰਡ ਦੀ। ਕਹਿੰਦੇ ਵੀ ਧਰਤੀ ਦਾ ਬਿੱਲਾ ਖੁੱਚੀ ਲੱਗਾ। ਲਾ ਉਸ ਸਾਹਮਣੇ ਧੂੜਾ ਪਾਠਾਂ ਦੇ ਵੜਦਾ ਹੋਇਆ ਗੱਭਰੂ ਹੋ ਜਾਂਦਾ ਖੂਨ ਪਸੀਨਾ ਇੱਕ ਇੱਥੇ ਜਦੋਂ ਪਿੜਦਾ ਧਾਵੀ ਦੇ ਨਾਲ ਜਾਫੀ ਤਾੜੀ ਦਰਸ਼ਕਾਂ ਦੀ ਸੁਣੇ ਨਾ ਇੰਨੀ ਸੌਖੀ ਤਾਕਤ ਗਿੱਟਿਆਂ ਤੱਕ ਫਿਰ ਜਾਏ ਨਾਪੀ ਇੰਨੇ ਸੌਖੇ ਨਹੀਂ ਬਿੰਦ ਸਨਮਾਨ ਮਿਲਦੇ ਵਾਂਗ ਤਲਵਾਰ ਦੇ ਅੱਗੇ ਡਾਹੇ ਛਾਤੀ ਤਵਾਂਗ ਤਲਵਾਰ ਦੇ ਅੱਗੇ ਡਾਹੇ ਛਾਤੀ ਛਾਤੀਆਂ ਤਲਵਾਰਿਆਂ ਦੇ ਸਾਹਮਣੇ ਡਾਹਣੀਆਂ ਪੈਂਦੀਆਂ ਨੇ। ਰਸੂਲਪੁਰੀਆ ਜੰਡੀ ਵਾਲਾ ਜੀਤਾ ਕਹਿੰਦੇ ਇਸ ਨੌਜਵਾਨ ਖਿਡਾਰੀ ਨੂੰ। ਕੇਵਲ ਨਿਊਜ਼ੀਲੈਂਡ ਵੱਲੋਂ ਜਿਹੜੇ ਖਿਡਾਰੀ ਨੇ ਇੱਧਰ ਕਬੱਡੀ ਪਾਈ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਡੋਲੇ ਤੇ 100 ਰੁਪਇਆ ਉਹਦੇ ਲਈ ਇਨਾਮ ਹੈ ਕੇਵਲ ਨਿਊਜ਼ੀਲੈਂਡ ਵੱਲੋਂ। ਬਹੁਤ ਬਹੁਤ ਧੰਨਵਾਦ ਜੀ ਟੂਰਨਾਮੈਂਟ ਕਮੇਟੀ ਵੱਲੋਂ। ਤਾਰਾ ਸਿੰਘ ਜੀ ਮਹਿਰੋਂ ਵਾਲੇ ਆਪਣਾ ਸਾਡੋ ਮਾਣ ਸਨਮਾਨ ਲੈ ਲੈਣ ਜੀ। ਸੁਖਾ ਖੰਡੂਰ ਵਾਲਾ ਉਹਦੇ ਲਈ ਬਹੁਤ ਮਾਣ ਪੁੱਜੇ ਨੇ ਚੜ੍ਹਦਾ ਸੂਰਜ ਬਣਾਇਆ ਹੋਇਆ। ਲਾ ਉਸ ਸਾਹਮਣੇ ਤਲਵੰਡੀ ਵਾਲਾ ਤੇ ਦੂਸਰੇ ਬੰਨੇ ਗੱਭਰੂ ਬਹੁਤ ਤਕੜੀ ਕੋਸ਼ਿਸ਼ ਕਰਦਾ ਹੋਇਆ। ਆ ਵੀ ਨੌਜਵਾਨਾਂ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਅੱਜ ਟੀਮ ਜਿੱਤਦੀ ਹੈ ਖੇਡ ਮੈਦਾਨ ਵਿੱਚ ਪੂਰਾ ਦਿਨ ਜਿਹੜਾ ਕਬੱਡੀ ਦਾ ਨਜ਼ਾਰਾ ਪੰਜਾਬੀ ਵੀਰਾਂ ਨੇ ਤੱਕਿਆ ਪੂਰੇ ਵਰਲਡ ਵਿੱਚ ਪੰਜਾਬ ਲਾਈਵ ਨੰਬਰ 1 ਨੇ ਦਿਖਾਇਆ ਹੈ ਕਬੱਡੀ ਦਾ ਖੇਡ ਮੇਲਾ। ਆਪਾਂ ਧੰਨਵਾਦ ਕਰਦੇ ਹੈਪੀ ਵੀਰ ਦਾ ਸੰਗਮ ਡਿਜੀਟਲ ਸਟੂਡੀਓ ਨਾਲ ਗਗਨ ਡਿਜੀਟਲ ਸਟੂਡੀਓ ਸਾਰੇ ਸਤਿਕਾਰਯੋਗ ਰੱਬ ਵਰਗੀਆਂ ਰੂਹਾਂ ਦਾ ਬਹੁਤ ਵੱਡਾ ਧੰਨਵਾਦ ਹੈ। ਚੱਲ ਵੀ ਨਾ ਉਹਨਾਂ ਪਿੰਕਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਕਹਿੰਦੇ ਵੀ ਜਲਾਲਪੁਰੀਏ ਵਾਂਗੂ ਕੱਦ ਬਹੁਤ ਤਕੜਾ ਹੈ ਔਰ ਅਠੂਰ ਤੇ ਨਿਰਭੈ ਵਾਂਗੂ ਲੰਮੀ ਡੀਲ ਡਾਲ ਇਸ ਖਿਡਾਰੀ ਦੀ। ਜਾਹੋ ਜਲਾਲ ਦੇ ਨਾਲ
ਯੂਜ ਦਾ ਹੋਇਆ ਗੱਭਰੂ ਔਰ ਨਾ ਉਹ ਯਾਰ ਜਿਹੜਾ ਖੇਡ ਪ੍ਰੇਮੀ ਹੈ ਕੁਲਦੀਪ ਬਰਾੜ ਜੀ ਆਗਰਾ 500 ਰੁਪਇਆ ਕਮੇਟੀ ਲਈ ਬਹੁਤ ਵੱਡਾ ਮਾਨ ਭੇਜਦੇ ਨੇ ਗਗਨ ਡਿਜੀਟਲ ਸਟੂਡੀਓ ਕਿਰਪਾ ਕਰਕੇ ਉਹ ਸਾਡੇ ਸਤਿਕਾਰਯੋਗ ਵੀਰ ਮਾਸਟਰ ਜੀ ਯਾਦ ਕਰ ਰਹੇ ਨੇ ਚੱਲ ਵੀ ਨੌਜਵਾਨ ਇਹ ਨੌਜਵਾਨ ਗਰਮੀਆਂ ਦੇ ਸੀਜ਼ਨ ਦਾ ਕਹਿੰਦੇ ਵੀ ਪੂਰੇ ਸੀਜ਼ਨ ਦਾ ਬਹੁਤ ਤਕੜਾ ਧਾਵੀ ਡਿਕਲੇਅਰ ਕੀਤਾ ਗਿਆ ਲਓ ਸਾਹਮਣੇ ਗਗੜੇ ਦੀ ਧਰਤੀ ਦਾ ਗੋਲੂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਕੱਦ ਨਿੱਕਾ ਪਰ ਫੁਰਤੀ ਬੜੀ ਹੈ ਨੌਜਵਾਨ ਦੇ ਖੇਡ ਮੈਦਾਨਾਂ ਵਿੱਚ ਲਓ ਸਾਹਮਣੇ ਚਾਰ ਜਾਫੀ ਤੇ ਮੁਕੰਦਪੁਰੀ ਆ ਗੋਦੀ ਚੱਕਿਆ ਨੌਜਵਾਨ ਨੇ ਤੇ ਲੋਪੋਵਾਲਾ ਗੱਗੀ ਕਹਿੰਦਾ ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂੰ ਗੋਦੀ ਚੱਕਿਆ ਨੌਜਵਾਨ ਖਿਡਾਰੀ ਨੂੰ ਪਰ ਉਹਦੇ ਬੰਨੇ ਸਾਵਾ ਜਿਹੜਾ ਸਾਥ ਹੈ ਰਾੜਾ ਸਾਹਿਬ ਦੀ ਟੀਮ ਦਾ ਦਿੰਦਾ ਹੋਇਆ ਚੱਲ ਵੀ ਨੌਜਵਾਨ ਪਾ ਗੱਭਰੂਆ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਇਹ ਨੌਜਵਾਨ ਦੀ ਵੀ ਦੁਨੀਆ ਬੜੀ ਦੀਵਾਨੀ ਹੈ ਬੜੇ ਫੈਨ ਹੈ ਸੁਖਾ ਖੰਡੂਰ ਦਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਲੰਘਿਆਣੀਆਂ ਜੋਧਾ ਦੇ ਬੇਅੰਤ ਪੁੱਜੇ ਹੋਏ ਨੇ ਬਹੁਤ ਕਬੱਡੀ ਦੇ ਸਤਿਕਾਰਯੋਗ ਵੀਰ ਨੇ ਉਧਰਲੇ ਬੰਨੇ ਮੱਖਣ ਬਰਾੜ ਜੀ ਤੇ ਲਾਓ ਜਿਹੜੀ ਕਬੱਡੀ ਹੈ ਇੱਕ ਬੰਨੇ ਤਲਵੰਡੀ ਵਾਲਾ ਲਾ ਜਫਾ ਇਹ ਪੰਜਾਬ ਦਾ ਕਹਿੰਦੇ ਵੀ ਪਹਿਲਾ ਜਾਫੀ ਹੈ ਜਿਹਨੂੰ ਜਫੇ ਤੇ ਬੁਲਟ ਮਿਲੇ ਹੈ ਲਾਓ ਖੇਡ ਮੈਦਾਨ ਵਿੱਚ ਦੇਖਦੇ ਹੈ ਬਹੁਤ ਤਕੜਾ ਉਦਾਂ ਖਿਡਾਰੀਆਂ ਦੇ ਮਾਣ ਸਨਮਾਨ ਹੁੰਦੇ ਰਹਿੰਦੇ ਨੇ ਪਰ ਜਫੇ ਦੇ ਉੱਪਰੋਂ ਖੁਸ਼ ਹੋ ਕੇ ਮੇਜਰ ਬਰਾੜ ਜੀ ਨੇ ਬਹੁਤ ਵੱਡਾ ਮਾਣ ਜਿਹੜਾ ਮੋਟਰਸਾਈਕਲ ਦਾ ਦਿੱਤਾ ਹੈ ਸਾਡੇ ਕੁਲਦੀਪ ਸਿੰਘ ਜੀ ਬਰਾੜ ਆਗਰੇ ਵਾਲੇ 500 ਰੁਪਇਆ ਵਿੱਕੀ ਟੂਰਨਾਮੈਂਟ ਕਮੇਟੀ ਲਈ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵਿੱਕੀ ਧਨਾਲੇ ਵਾਲਾ ਲਾਓ ਸਾਹਮਣੇ ਟਾਪ ਦਾ ਖਿਡਾਰੀ ਹੈ ਖੇਡ ਦਾ ਕਬੱਡੀਏ ਦੀ ਕੌਡੀ ਨਾਲ ਯਾਰੀ ਹੈ ਸਾਹਮਣੇ ਡੀਏਵੀ ਕਬੱਡੀ ਕਲੱਬ ਬਠਿੰਡਾ ਹਰਜੀਤ ਫਰੈਂਡ ਕਬੱਡੀ ਕਲੱਬ ਪਾਤੋ ਹੀਰਾ ਸਿੰਘ ਦੀਆਂ ਜਿਹੜੀਆਂ ਟੀਮਾਂ ਹੈ ਅਗਲੇ ਸਾਡੇ ਭਾਈ ਪਰਮਪਰ ਸਿੰਘ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਔਰ ਖੇਡ ਮੈਦਾਨ ਵਿੱਚ ਅਗਲੇ ਮੈਚ ਦੀਆਂ ਦੋਵੇਂ ਜਿਹੜੀਆਂ ਟੀਮਾਂ ਹੈ ਕਰ ਤਿਆਰੀ ਕਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਕਿਰਪਾ ਕਰਕੇ ਦੱਸੋ ਵੀਰ ਜੀ ਤੇ ਮਾਈਕ ਦੇ ਉੱਪਰ ਸਤਿਕਾਰਯੋਗ ਇੱਕੋ ਮਿੰਟ ਜੀ ਹਰਬੰਸ ਸਿੰਘ ਜੀ ਕੋਚ ਸਾਹਿਬ ਸਾਡੇ ਦਰਮਿਆਨ ਪੁੱਜਣ ਜੀ ਕਬੱਡੀ ਕੋਚ ਨੇ ਹਰਬੰਸ ਸਿੰਘ ਜੀ ਲਓ ਜੀ ਮਾਲਵਾ ਕਬੱਡੀ ਕਲੱਬ ਮੋਗੇ ਜਿਹੜੇ ਪੁਆਇੰਟ ਨੇ ਉਹ ਨੇ 32 ਤੇ ਬਾਬਾ ਈਸੂ ਸਿੰਘ ਜੀ ਕਬੱਡੀ ਕਲੱਬ ਰਾੜਾ ਸਾਹਿਬ ਦੀ ਟੀਮ ਦੇ ਪੁਆਇੰਟ ਨੇ 36 ਨਾਲ ਰਾੜਾ ਸਾਹਿਬ ਦੀ ਟੀਮ ਜੇਤੂ ਰਹੀ ਹੈ ਹਰਬੰਸ ਸਿੰਘ ਜੀ ਕਬੱਡੀ ਕੋਚ ਕਿਰਪਾ ਕਰਕੇ ਸਤਿਕਾਰਯੋਗ ਵੀਰ ਸਾਡੇ ਕੋਲੇ ਪੁੱਜ ਜਾਣ ਔਰ ਨਾਲ ਡੀਨਾ ਨੰਬਰਦਾਰ ਸਾਡੇ ਕਬੱਡੀ ਦਾ ਟਾਪਰ ਖਿਡਾਰੀ ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ ਡੀਏਵੀ ਕਬੱਡੀ ਜਿਹੜੀ ਟੀਮ ਹੈ ਰਾੜਾ ਸਾਹਿਬ ਦੀ ਜੇਤੂ ਰਹੀ ਹੈ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ ਇਸ ਮੈਚ ਤੋਂ ਬਾਅਦ ਡਗੋਰ ਮਾਣਾ ਤੇ ਰਸੂਲਪੁਰ ਪਿੰਡ ਪਦਰੋਪਣ ਦਾ ਫਾਈਨਲ ਮੈਚ ਹੋਣਾ ਹੈ ਉਹ ਵੀ ਜਿਹੜੀਆਂ ਟੀਮਾਂ ਇਸ ਮੈਚ ਤੋਂ ਬਾਅਦ ਤਿਆਰ ਰਹਿਣ ਤੇ ਅਗਲੀ ਜਿਹੜੀ ਮਾਈਕ ਦੇ ਉੱਪਰ ਗੱਲ ਸਾਡੇ ਸਤਿਕਾਰਯੋਗ ਸੁਖਾ ਕੰਡਿਆਲ ਜੀ ਬਹੁਤ ਸਤਿਕਾਰਯੋਗ ਵੀਰ ਹੈ ਉਹ ਪੁੱਜ ਜਾਣ ਜੀ ਮਨਜੀਤ ਸਿੰਘ ਗੋਲੂ ਜੀ ਗੱਜਰ ਵਾਲੇ ਤੋਂ ਉਹ ਵੀ ਆਪਣੇ ਸਮੇਂ ਦਾ ਸਕੂਲਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ ਤਾੜੀਆਂ ਮਾਰ ਦਿਓ ਬਾਈ ਦੀ ਬੋਤਲ ਤੇ ਕਰਤੱਬ ਦਿਖਾਉਂਦਾ ਹੋਇਆ ਤਾੜੀਆਂ ਮਾਰ ਦਿਓ ਬਾਈ ਜੀ ਵਾਹ ਜੀ ਵਾਹ ਕਹਿੰਦੇ ਮੰਗ ਤਾਂ ਬਣ ਕੇ ਕਦੇ ਕਿਸੇ ਦਰ ਮੰਗਣ ਜਾਈਏ ਨਾ ਆਕੜ ਰੱਖਦਾ ਹੋਵੇ ਉਹਨੂੰ ਕਦੇ ਬੁਲਾਈਏ ਨਾ ਗੱਜਦੀ ਉਦੋਂ ਬਿਜਲੀ ਜਦ ਬੱਦਲ ਚੜੇ ਆਉਂਦੇ ਨੇ ਜਿਨ੍ਹਾਂ ਨੂੰ ਸ਼ੌਂਕ ਕੁਝ ਕਰਕੇ ਖਾਂਬੜਦਾ ਉਹ ਮੇਲਿਆਂ ਤੇ ਆ ਕੇ ਕਰਤੱਬ ਦਿਖਾਉਂਦੇ ਨੇ ਔਰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਕੱਢੇਗਾ ਔਰ ਮੈਂ ਆਪਣੇ ਵੱਲੋਂ
ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਇਕਬਾਲ ਹੇਰ ਜੀ ਤੇ ਮਲਕੀਤ ਅਲੀ ਜੀ ਜੋ ਵਿਸ਼ੇਸ਼ ਸਹਿਯੋਗੀ ਨੇ, ਨਾਲ ਹੀ ਕੇਵਲ ਨਿਊਜ਼ੀਲੈਂਡ ਵਾਲਾ ਜਿਨ੍ਹਾਂ ਨੂੰ ਪਿਆਰ ਨਾਲ ਘੁੱਦਾ ਆਖਦੇ ਹੈ, ਔਰ ਸਾਡਾ ਵੀਰ ਗੋਰਾ ਹਾਂਗਕਾਂਗ ਜਿਨ੍ਹਾਂ ਨੂੰ ਨਗਰ ਚ ਗੈਂਸੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੈਲੋ, ਸਾਡਾ ਕਬੱਡੀ ਖਿਡਾਰੀ ਰਿੰਪਾ ਸਟੇਜ ਤੇ ਸੰਪਰਕ ਕਰੇ, ਰਿੰਪਾ ਸਾਡਾ ਕਮੇਟੀ ਮੈਂਬਰ ਥੱਲੇ ਵਾਲੀ ਸਟੇਜ ਤੇ ਪਹੁੰਚੇ। ਹਾਂਜੀ, ਕੋਮਲ ਨੂੰ ਜਿਹੜਾ ਸਨਮਾਨਿਤ ਕੀਤਾ ਜਾਣਾ ਸਾਡੇ ਪ੍ਰਬੰਧਕਾਂ ਵੱਲੋਂ, ਨੋਟ ਕਰਿਓ ਬਾਈ ਜੀ, ਕੋਮਲ ਨੂੰ ਸਨਮਾਨਿਤ ਕੀਤਾ ਜਾਣਾ ਹੈ। ਉੱਗਾ ਲੇਖਕ ਬਹੁਤ ਹੀ ਵਧੀਆ ਜਿਹੜੀ ਕਬੱਡੀ ਦੀ ਚੁੰਝ ਚਰਚਾ ਕਰਦਾ ਹੈ, ਔਰ ਮਾਸਟਰ ਗੁਰਮੇਲ ਸਿੰਘ ਜੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਸਮੁੱਚੀ ਕਲੱਬ ਬੱਡੀ ਟੀ ਏ ਵੀ ਕਾਲਜ ਬਠਿੰਡਾ ਦੀ ਤਰਫੋਂ ਭੀਮ ਦੇ ਨਾਂ ਨਾਲ ਜਾਣਿਆ ਜਾਂਦਾ, ਔਰ ਦੂਜੇ ਪਾਸੇ ਭੂੰਦੜ ਦੀ ਧਰਤੀ ਦਾ ਕਹਿੰਦੇ ਨੇ ਵੀ ਕੀਪਾ ਬਹੁਤ ਹੀ ਵਧੀਆ ਜਾਫੀ ਹੈ, ਔਰ ਹਿੱਕ ਦੇ ਜ਼ੋਰ ਦੇ ਨਾਲ ਜਿਹੜਾ ਜੱਫਾ ਇਸ ਵਕਤ ਲੱਗ ਚੁੱਕਾ। ਗੱਗੀ ਲੋਪੋ ਵਾਲਾ ਦੱਸੇਗਾ ਵੀ ਇਹ ਪੁਆਇੰਟ ਕੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਔਰ ਮੈਂ ਧੰਨਵਾਦ ਕਰਦਾ ਸਰਦਾਰ ਬੱਖਣ ਸਿੰਘ ਜੀ ਚੜਿਕ ਸਾਹਿਬ, ਔਰ ਨਾਲ ਹੀ ਸੁਖਚੈਨ ਚੈਣਾ ਜੀ, ਸਾਡੇ ਜਗਤਾਰ ਧਨੌਲਾ ਜੀ, ਔਰ ਮਦਨ ਗੋਪਾਲ ਜੀ ਦਾ ਬਾਈ ਕਾਕਾ ਫਤਿਹਗੜ੍ਹੀਆ, ਔਰ ਨਾਲ ਹੀ ਤੇਜੀ ਰਾਮੂ ਵਾਲੀ ਆ ਸਾਡਾ ਵੀਰ, ਔਰ ਸਾਡੇ ਵੀਰ ਜਿਹੜੇ ਜਾਫੀ ਨੇ ਜੱਫਾ ਲਾਇਆ, ਇੰਦਰਜੀਤ ਸਿੰਘ ਜੀ ਰਾਜਾ ਭਾਈ 100 ਰੁਪਈਆ ਇਸ ਜਾਫੀ ਦੇ ਲਈ ਸਪੈਸ਼ਲ ਨਾਮ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ, ਬਹੁਤ ਹੀ ਸੋਹਣੇ ਮੁਕਾਬਲੇ ਦੋਨਾਂ ਟੀਮਾਂ ਦੇ ਦਰਮਿਆਨ ਜਿਹੜੇ ਚੱਲਦੇ ਹੋਏ ਨੇ। ਸੇਵੀ ਨਾਥੇ ਵਾਲੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਣ, ਜੋ ਆਪ ਬੜੀ ਲੰਮਾ ਸਮਾਂ ਕਬੱਡੀ ਖੇਡੇ ਹੈ, ਬੋਲਣ ਤੋਂ ਖੁਸ਼ ਹੋ ਕੇ ਵੱਡਾ ਮਾਣ ਦਿੰਦੇ ਨੇ। ਚੱਲ ਵੀ ਸ਼ੀਰਿਆ ਪਾ ਫਿਰ ਕਬੱਡੀ, ਇੱਕ ਪਾਸੇ ਲੰਡਿਆਂ ਦੀ ਧਰਤੀ ਦਾ ਤਾਰ। ਸਾਡੇ ਦਾਨੀ ਸੱਜਣ ਡਾਕਟਰ ਸਾਧੂ ਰਾਮ ਜੀ, ਜਿਨ੍ਹਾਂ ਵੱਲੋਂ 10,000 ਰੁਪਈਆ ਸਾਡੇ ਸਪੋਰਟਸ ਕਲੱਬ ਨੂੰ ਮਾਇਕ ਸਹਾਇਤਾ ਆਈ ਹੈ, ਸਪੋਰਟਸ ਕਲੱਬ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ, 10,000 ਰੁਪਈਆ ਇਸ ਪਰਿਵਾਰ ਵੱਲੋਂ ਮਾਇਕ ਸਹਾਇਤਾ, ਧੰਨਵਾਦ ਜੀ। ਹਾਂਜੀ, ਲਓ ਜੀ, ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤੇ। ਅਗਲੀ ਕਬੱਡੀ ਸਤਨਾਮ ਡੱਗੋ ਰਮਾਣੇ ਦੀ ਧਰਤੀ ਦਾ, ਕਹਿੰਦੇ ਨੇ ਵੀ ਬਾਬਾ ਫਰੀਦ ਕਬੱਡੀ ਕਲੱਬ ਦੇ ਲਈ ਬਹੁਤ ਵਧੀਆ ਖੇਡਿਆ ਜਲੰਧਰ ਸਿੰਘ ਸਿੱਧੂ ਦੇ ਸੱਦੇ ਤੇ, ਔਰ ਅੰਕ ਜਿਹੜਾ ਸਤਨਾਮ ਡੱਗੋ ਰਮਾਣੇ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਚੱਲ ਵੀ ਪਹਿਲਵਾਨਾ ਪਾ ਫਿਰ ਕਬੱਡੀ, ਇੱਕ ਪਾਸੇ ਇਕਬਾਲ ਸਿੰਘ ਜੀ ਮੁਸ਼ਾਫਰ ਥੱਲੇ ਵਾਲੀ ਸਟੇਜ ਤੇ ਪਹੁੰਚੇ, ਜਿੱਥੇ ਵੀ ਆਵਾਜ਼ ਸੁਣਦਾ ਇਕਬਾਲ ਮੁਸ਼ਾਫਰ ਥੱਲੇ ਵਾਲੀ ਸਟੇਜ ਤੇ ਆ ਜਾਵੇ। ਹਾਂਜੀ, ਲਾ ਜੀ, ਸ਼ਰਨੇ ਨੇ ਜੱਫਾ ਲਾ ਦਿੱਤਾ, ਬਹੁਤ ਹੀ ਸੋਹਣਾ ਜੱਫਾ ਸ਼ਰਨਾ, ਔਰ ਨਾਲ ਹੀ ਮੈਂ ਧੰਨਵਾਦ ਕਰਦਾ ਮੇਰੇ ਬਹੁਤ ਹੀ ਪਿਆਰੇ ਦੋਸਤ ਸੋਹਣ ਹਾਂਗਕਾਂਗ ਵਾਲਾ ਸਾਡਾ ਵੀਰ ਜੋ ਪਹੁੰਚੇ ਹੋਏ ਨੇ ਪੱਪੂ ਹਾਂਗਕਾਂਗ, ਔਰ ਅਵਤਾਰ ਬਰਾੜ ਜੀ ਲੰਘਣ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ। ਔਰ ਸਾਹਮਣੇ ਗਗਨ ਦੀ ਪਈ ਹੋਈ ਕਬੱਡੀ ਮੇਰੇ ਵੀਰੋ, ਸ਼ੇਰ ਜਿੰਨੀ ਜਾਣ ਦਾ ਮਾਲਕ, ਵਾਹ ਸੱਜਣੋ ਮੁੰਡਾ ਕਾਹਦਾ ਯਾਰੋ ਏ ਤਾਂ ਨਿਰਾਹੀ ਤੂਫਾਨ ਏ, ਮੁੱਛ ਫੁੱਟ ਗੱਭਰੂ ਚ ਸ਼ੇਰ ਜਿੰਨੀ ਜਾਣੇ, ਮੁੱਛ ਫੁੱਟ ਗੱਭਰੂ ਚ ਸ਼ੇਰ ਜਿੰਨੀ ਜਾਣੇ। ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਨਾਲ ਹੀ ਭਰਪੂਰ ਜੀ, ਇਹ ਕੋ 15 ਨਾਲ ਲਫਾਫਾ ਭੇਜੋ, ਮੈਂ ਗੁਰਜੀਤ ਸਿੰਘ ਨੂੰ ਕਿਹਾ ਜੀ। ਔਰ ਮੈਂ ਧੰਨਵਾਦ ਕਰਦਾ ਮਾਸਟਰ ਗੁਰਮੇਲ ਸਿੰਘ ਜੀ ਦਾ,
ਪੁਰਾਣੇ ਚੰਦਾ ਤੋਂ ਬੰਤ ਆਪਣੀ ਮੋਟਰਸਾਈਕਲ ਕੋਲੇ ਪਹੁੰਚੇ। ਲਓ ਜੀ ਸਾਹਮਣੇ ਕਹਿੰਦੇ ਨੇ ਵੀ ਪਈ ਹੋਈ ਰੇਡ ਤੇ ਇਸ ਵਕਤ ਸ਼ਰਨ ਨੇ ਇੱਕ ਅੰਕ ਦਾ ਜਿਹੜਾ ਵਾਧਾ ਕਰ ਦਿੱਤਾ ਹੈ। ਮੈਂ ਧੰਨਵਾਦ ਕਰਦਾ ਮਾਸਟਰ ਗੁਰਮੇਲ ਸਿੰਘ ਜੀ ਜੋ ਜੁਗਾ ਜੁਗਾ ਤੋਂ ਪ੍ਰੈਜੀਡੈਂਟ ਨੇ ਇਸ ਕਬੱਡੀ ਕੱਪ ਦੇ, ਔਰ ਜਿਨ੍ਹਾਂ ਦਾ ਇੱਕ ਵੱਖਰਾ ਢੰਗ ਵੇਖਿਆ ਕਿ ਉਹਨਾਂ ਨੂੰ ਆਏ ਗਏ ਨੂੰ ਸਕਾਊਟ ਕਰਨ ਦਾ ਜਿਹੜਾ ਤਰੀਕਾ ਬਹੁਤ ਵਧੀਆ ਹੈ, ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਵੈਲਕਮ ਆਖਦੇ ਨੇ। ਲਓ ਦੀ ਪਿੰਦਰੀ ਬਹੁਤ ਹੀ ਸੋਹਣਾ ਖਿਡਾਰੀ ਮੇਰੇ ਵੀਰੋ, ਪੱਕਾ NRI ਖਿਡਾਰੀ। ਔਰ ਦੂਜੇ ਪਾਸੇ ਮੇਰੇ ਵੀਰੋ ਡੱਕਣ ਦੀਆਂ ਗੱਲਾਂ ਨੇ, ਔਰ ਜੀ ਜਾਣ ਦੇ ਨਾਲ ਜਿਹੜਾ ਇਸ ਵਕਤ ਇਹ ਜੱਫਾ ਲੱਗ ਚੁੱਕਿਆ, ਔਰ ਇੱਕ ਅੰਕ ਦਾ ਜਿਹੜਾ ਵੱਧ DAV ਕਾਲਜ ਬਠਿੰਡਾ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਸੱਜਣਾ ਪਾਫਿਰ ਕਬੱਡੀ ਭੀਮ ਦੇ ਨਾਮ ਨਾਲ ਜਾਣਿਆ ਜਾਂਦਾ, ਨਾਲ ਹੀ ਕੁੱਕੀ ਕਨੇਡਾ ਜੀ, ਕਮਲ ਭਾਈ, ਇੰਦਰਪ੍ਰੀਤ ਭਾਈ ਮੇਰੇ ਵੀਰੋ ਮੈਚ ਦੇਖ ਕੇ ਬੜਾ ਨਜ਼ਾਰਾ ਤੱਕ ਰਹੇ ਨੇ। ਇਹ ਤਾਰ ਹੈ ਮੇਰੇ ਵੀਰੋ ਸੰਤ ਬਾਬਾ ਪਾਲਾ ਸਿੰਘ ਜੀ ਦੀ ਬੜੀ ਅਪਾਰ ਕਿਰਪਾ ਇਸ ਖਿਡਾਰੀ ਤੇ ਕੜਿਆਲ ਵਾਲਿਆਂ ਦੀ, ਔਰ ਬਹੁਤ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਸਾਡਾ ਵੀਰ ਤਾਰ। ਲਓ ਜੀ ਅੱਗੇ ਪੈਂਦੀ ਹੋਈ ਕਬੱਡੀ, ਤੱਕੀਏ ਬਾਜੀ ਪੈਂਦੀ ਵੇ ਤੂੰ ਬਾਜੀ ਕਿਉਂ ਨੀ ਦੇਖਦਾ, ਤੂੰਜੋ ਮੇਰੀ ਬਾਜੀ ਨੀ ਮੈਂ ਤੇਰੇ ਬੰਨੀ ਵੇਖਦਾ। ਇੱਥੇ ਰੱਖ ਜੁੜੇ ਨੇ ਹੱਥ, ਝਾਕਾ ਦਿੱਤਾ ਨਹੀਂ ਰੀਸਾ, ਅੰਕ ਅੰਕ ਦੇ ਰੌਲੇ ਨੇ, ਔਰ ਜੀਤਾ ਦੱਸੇਗਾ ਵੀ ਇਹ ਪੁਆਇੰਟ ਸਾਡੇ ਇਸ ਚੋਬਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਸ਼ੀਰਿਆ ਪਾ ਫਿਰ ਕਬੱਡੀ, ਅੱਜ ਅਵਤਾਰ ਬਰਾਜ ਸੋਣ ਹਾਂਗਕਾਂਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ, ਔਰ ਸਾਡਾ ਵੀਰ ਕੈਸਾ ਹਾਂਗਕਾਂਗ ਵਾਲਾ ਨਿੱਟ ਤੇ ਬੈਠਾ ਇਹ ਮੈਚ ਦੇਖ ਰਿਹਾ। ਬਹੁਤ ਬਹੁਤ ਧੰਨਵਾਦ ਨਾਲ ਗੋਰਾ ਖਖਰਾਣਾ ਔਰ ਤੇਜ ਖਖਰਾਣਾ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਸ਼ੀਰੇ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅੱਗੇ ਸੱਤ ਨਾਮ ਖੇਡ ਦਾ ਕਬੱਡੀ। ਦੇਖੋ ਪੁੱਤ ਜੱਟ ਦਾ ਹੱਥ ਲਾ ਕੇ ਜਾਂਦਾ ਯਾਰ ਧੂੜਾ ਪੱਟਦਾ, ਪੱਟ ਲੈ ਜੇ ਝੰਡੀ ਫਿਰ ਫੜਦਾ ਨਾ ਹੋਰ ਨੀ, ਸੋਹਣਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨੀ, ਸੋਹਣਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨੀ। ਲੈ ਵੀ ਸੱਜਣ ਪਈ ਹੋਈ ਕਬੱਡੀ ਕੀ ਰੰਗ ਲਿਆਵੇਗੀ, ਗੱਗੀ ਲੋਪੋ ਜਿਨ੍ਹਾਂ ਨੇ ਆਪ ਬੜੀ ਤਕੜੀ ਕਬੱਡੀ ਖੇਡੀ ਹੈ, ਭੂੰਦੜ ਦੀ ਧਰਤੀ ਦਾ ਕੀਪਾ ਮੇਰੇ ਵੀਰੋ ਬੈਸਟ ਜਾਫੀ ਕਹਿੰਦੇ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਦੇ ਵਿੱਚ ਜਦ ਰੋਡਿਆਂ ਦੀ ਧਰਤੀ ਤੇ ਕੱਪ ਹੋਇਆ ਤੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸਾਡੇ ਇਸ ਵੀਰੇ ਨੇ। ਲਓ ਜੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ ਸਾਡਾ ਵੀਰ ਗਗਨ, ਗਗਨ ਦੇ ਨਾਂ ਨਾਲ ਜਾਣਿਆ ਜਾਂਦਾ, ਗਗਨ ਜਲਾਲ ਦੀ ਧਰਤੀ ਦਾ। ਸਾਹਮਣੇ ਪੈਂਦੀ ਹੋਈ ਕਬੱਡੀ ਦਾ ਮੁੱਲ ਮੁੜੇਗਾ ਇਹਨਾਂ ਸ਼ੇਰ ਜਵਾਨਾਂ ਦੇ ਵਿੱਚ, ਸੋਹਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇੱਥੇ ਰੱਖ ਨਹੀਂ ਰਿਸਾ, ਔਰ ਅੰਕ ਜਿਹੜਾ ਇਸ ਵਕਤ ਗਗਨ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਸੱਜਣ ਪਈ ਹੋਈ ਕਬੱਡੀ ਦਾ ਮੁੱਲ, ਨਾਲ ਹੀ ਮੈਂ ਦੱਸ ਦੇਵਾਂ ਵੀ ਮੇਰੇ ਵੀਰੋ ਚੜਿਕ ਦੀ ਧਰਤੀ ਤੇ ਬਹੁਤ ਹੀ ਵਧੀਆ ਖੇਡ ਮੇਲਾ 19 ਤੇ 20 ਤਰੀਕ ਨੂੰ ਕਰਾਇਆ ਜਾ ਰਿਹਾ ਹੈ। 71,000 ਤੇ 51,000 ਦੀ ਗੱਲ, 19-20 ਜਨਵਰੀ ਖੇਡਾਂ ਪਿੰਡ ਚੜਿਕ ਦੀਆਂ। ਸ਼ਰਨ ਨੇ ਮੇਰੇ ਵੀਰੋ ਜੱਫਾ ਲਾ ਦਿੱਤਾ, ਹਿੱਕ ਦੇ ਚੋਰ ਦੇ ਨਾਲ ਕਬੱਡੀ ਖੇਡੀ ਜਾਂਦੀ ਹੈ। ਬਹੁਤ ਸੋਹਣਾ ਪੁਆਇੰਟ ਸ਼ਰਨ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਪਿੰਦਰੀ ਮੱਥਾ ਟੇਕਦਾ ਹੋਇਆ ਵਿਰੋਧੀਆਂ ਦੇ ਵੱਲ ਵੱਧ ਹੈ, ਡੱਬ ਵਿੱਚ ਹੋਵੇ ਪਿਸਟਲ ਦੁਸ਼ਮਣ ਕੋਲੋਂ ਡਰੀਏ ਨਾ।
ਸ਼ਰਨੇ ਨੂੰ ਗੇਜੇ ਵੱਲੋਂ 100 ਰੁਪਏ ਦੇ ਸਪੈਸ਼ਲ ਮਾਣ ਨੇ ਮੇਰੇ ਵੀਰ ਸ਼ਰਨ ਸਾਡਾ ਵੀਰ ਡੱਗੋ ਰਮਾਣੇ ਵਾਲਾ ਗੇਜੇ ਵੱਲੋਂ 100 ਰੁਪਇਆ ਸਪੈਸ਼ਲ ਇਨਾਮ ਹੈ ਨਾਲ ਹੀ ਸਾਡੇ ਵੀਰ ਕੁੱਕੀ ਕੈਨੇਡਾ ਜੀ ਦਾ ਬਹੁਤ ਬਹੁਤ ਧੰਨਵਾਦ ਇਕਬਾਲ ਹੇਰ ਜੀ ਮਲਕੀਤ ਅਲੀ ਜੀ ਸਾਡੇ ਵੀਰ ਕਿਰਨ ਪੰਧੇਰ ਸੋਸਣ ਵਾਲੇ ਇਕਬਾਲ ਸਿੰਘ ਜੀ ਮਸ਼ਾਲ ਥੱਲੇ ਵਾਲੀ ਸਟੇਜ ਤੇ ਭਾਈ ਨੀਡਾ ਕਮੇਟੀ ਮੈਂਬਰ ਸਾਡਾ ਆ ਅੰਦਗੜਾ ਵਾਲਿਆਂ ਨੂੰ ਕਿੰਨੇ ਪੈਸੇ ਦੇਣੇ ਆ 1800 ਇਕਬਾਲ ਮੁਸ਼ਾਫਰ ਥੱਲੇ ਵਾਲੀ ਸਟੇਜ ਤੇ ਪਹੁੰਚੇ 1800 ਡੱਗੂ ਰਮਾਣਾ ਤੇ ਰਸੂਲਪੁਰ ਦੀਆਂ ਟੀਮਾਂ ਜਿਹੜੀਆਂ ਨੇ ਇਹ ਗਰਾਊਂਡ ਦੇ ਵਿੱਚ ਪਹੁੰਚਣ ਡੱਗੂ ਰਮਾਣਾ ਤੇ ਰਸੂਲਪੁਰ ਔਰ ਨਾਲ ਹੀ ਸਾਧੂ ਜੀ ਮੇਰੇ ਕੋਲ ਵੈਲੀ ਭਾਜੀ ਆਇਓ ਇੱਕੋ ਮਿੰਟ ਲਾ ਜੀ ਸਾਡੇ ਹਰਜਿੰਦਰ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ 100 ਰੁਪਇਆ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਆਏ ਨੇ ਬਹੁਤ ਬਹੁਤ ਧੰਨਵਾਦ ਲਾ ਜੀ ਕੀਪਾ ਤੇ ਮੇਰੇ ਵੀਰੋ ਸਾਹਮਣੇ ਪਈ ਹੋਈ ਕਬੱਡੀ ਭੀਮ ਦੀ ਹੈ ਇੱਕ ਭੀਮ ਸਹੇੜੀ ਦੀ ਧਰਤੀ ਦਾ ਜੋ ਬੜਾ ਬਹੁਤ ਹੀ ਨਜ਼ਦੀਕੀ ਸੱਜਣ ਸੀ ਇਸ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਨਾਲ ਜੋ ਆਪਾਂ ਨੂੰ ਸਦਾ ਛੱਡ ਕੇ ਚਲਾ ਗਿਆ ਔਰ ਇੱਕ ਇਹ ਭੀਮ ਮੇਰੇ ਵੀਰੋ ਨਾਲ ਹੀ ਮੈਂ ਦੱਸਦਿਆਂ ਵੀ 4-5-6 ਫਰਵਰੀ ਨੂੰ ਪਿੰਡ ਪੇਖਾ ਦੀ ਧਰਤੀ ਤੇ ਬਹੁਤ ਹੀ ਵਧੀਆ ਮੈਚ ਕਰਵਾਏ ਜਾ ਰਹੇ ਨੇ ਰਾਮ ਸਿੰਘ ਜੀ ਪੇਖੇ ਵਾਲੇ ਕਲੱਬ ਪ੍ਰਧਾਨ ਦੱਸਦੇ ਨੇ ਔਰ ਇਹ ਵੀ ਨੋਟ ਕਰ ਲਿਓ ਮੇਰੇ ਵੀਰੋ ਬਹੁਤ ਤਕੜੇ ਮੈਚਾਂ ਦੀ ਗੱਲ ਸਾਹਮਣੇ ਪਈ ਹੋਈ ਕਬੱਡੀ ਵਾਹ ਜੀ ਵਾਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਧਾਨਾ ਜੀ ਲਾ ਜੀ ਸਾਹਮਣੇ ਪਈ ਹੋਈ ਕਬੱਡੀ ਸ਼ੀਰਾ ਫਿਰ ਇਸ ਵਕਤ ਕਬੱਡੀ ਪਾਉਂਦਾ ਹੋਇਆ ਬਹੁਤ ਹੀ ਸੋਹਣੇ ਮੈਚ ਮੇਰੇ ਵੀਰੋ ਨਾਲ ਹੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲੇ ਸਾਡਾ ਵੀਰ ਧਾਨਾ ਵਿਰੋ ਕੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਬਾਣ ਭੇਜਦਾ ਸ਼ਰਨ ਮੇਰੇ ਵੀਰੋ ਸ਼ਰਨੇ ਨੇ ਪਾਲ ਜੱਫਾ ਲਾਉਣ ਦੀ ਕੋਸ਼ਿਸ਼ ਪੂਰੀ ਜਿਹੜੀ ਕੀਤੀ ਹੋਈ ਹੈ ਇੱਕ ਅੰਕ ਦਾ ਵਾਧਾ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਹੋਇਆ ਔਰ ਦੇਖਣਾ ਵੀ ਇਸ ਭਲਵਾਨ ਦੇ ਹਿੱਸੇ ਇਹ ਅੰਕ ਪ੍ਰਾਪਤ ਹੋਵੇਗਾ 30 ਸਕਿੰਟਾਂ ਦੀ ਜਿਹੜੀ ਕਬੱਡੀ ਹੈ ਔਰ ਨਾਲ ਹੀ ਜਸਵਿੰਦਰ ਸਿੰਘ ਜੀ ਸ਼ਿੰਦਾ ਬੋਨੇ ਤੋਂ